13 ਨਵੰਬਰ ਨੂੰ ਪੰਜਾਬ ਦੀ ਚਾਰ ਵਿਧਾਨ ਸਭਾ ਹਲਕਿਆਂ ਤੇ ਹੋਣ ਵਾਲੀ ਜ਼ਿਮਨੀ ਚੋਣ ਲਈ ਨਾਮਜ਼ਦਗੀਆਂ ਭਰਨ ਦਾ ਅੱਜ ਦੂਸਰਾ ਦਿਨ ਹੈ 18 ਅਕਤੂਬਰ ਤੋਂ ਨਾਮਜ਼ਦਗੀਆਂ ਦਾ ਅਮਲ ਸ਼ੁਰੂ ਹੋਇਆ 19 ਤੇ 20 ਅਕਤੂਬਰ ਨੂੰ ਸ਼ਨੀਚਰਵਾਰ ਤੇ ਐਤਵਾਰ ਸੀ ਤੇ ਅੱਜ ਨਾਮਜ਼ਦਗੀਆਂ ਦਾ ਦੂਸਰਾ ਦਿਨ ਹੈ ਤੇ ਉਸ ਤੋਂ ਪਹਿਲਾਂ ਆਮ ਆਦਮੀ ਪਾਰਟੀ ਨੇ ਪੰਜਾਬ ਦੇ ਵਿੱਚ ਚਾਰੇ ਸੀਟਾਂ ਤੇ ਆਪਣੇ ਚਾਰੇ ਉਮੀਦਵਾਰ ਐਲਾਨ ਦਿੱਤੇ ਨੇ ਨਾਲ ਹੀ ਆਮ ਆਦਮੀ ਪਾਰਟੀ ਵਿੱਚ ਬਗਾਵਤ ਵੀ ਉੱਠ ਖੜੀ ਹੈ ਪਰ ਦੂਸਰੀਆਂ ਪਾਰਟੀਆਂ ਹਾਲੇ ਤੱਕ ਖਾਮੋਸ਼ ਨੇ ਕਾਂਗਰਸ ਭਾਜਪਾ ਅਕਾਲੀ ਦਲ ਕਿਸੇ ਨੇ ਵੀ ਉਮੀਦਵਾਰਾਂ ਦਾ ਪੱਤਾ ਹਲੇ ਨਹੀਂ ਖੋਲਿਆ ਨਾਮਜ਼ਦਗੀਆਂ ਭਰਨ ਦੇ ਸਿਰਫ 5 ਦਿਨ ਹੀ ਰਹਿ ਗਏ ਨੇ ਅੱਜ ਸਮੇਤ ਸ਼ੁੱਕਰਵਾਰ ਨੂੰ ਆਖਰੀ ਦਿਨ ਹੈ 25 ਅਕਤੂਬਰ ਨੂੰ ਤੇ ਉਦੋਂ ਤੱਕ ਹਰੇਕ ਪਾਰਟੀ ਨੂੰ ਆਪਣਾ ਉਮੀਦਵਾਰ ਐਲਾਨਣਾ ਹੀ ਪਊਗਾ ਸ਼੍ਰੋਮਣੀ ਅਕਾਲੀ ਦਲ ਦਾ ਕੀ ਬਣੂਗਾ ਇਹ ਜ਼ਰੂਰ ਸਾਰੇ ਸੋਚ ਰਹੇ ਨੇ ਆਮ ਆਦਮੀ ਪਾਰਟੀ ਦੇ ਕੌਮੀ ਜਨਰਲ ਸਕੱਤਰ ਡਾਕਟਰ ਸੰਦੀਪ ਪਾਠਕ ਨੇ ਜਾਰੀ ਵਿਧਾਨ ਸਭਾ ਹਲਕਿਆਂ ਦੇ ਲਈ ਉਮੀਦਵਾਰਾਂ ਦੀ ਸੂਚੀ ਦਾ ਐਲਾਨ ਕੀਤਾ ਜਿਸ ਮੁਤਾਬਿਕ ਹੌਟ ਸੀਟ ਗਿੱਦੜਬਾਹਾ ਤੋਂ ਹਰਦੀਪ ਸਿੰਘ ਡਿੰਪੀ ਢਿੱਲੋਂ ਬਰਨਾਲਾ ਤੋਂ ਹਰਿੰਦਰ ਸਿੰਘ ਢਾਲੀਵਾਲ ਅਤੇ ਚੱਬੇਵਾਲ ਐਸ ਸੀ ਸੀ ਤੋਂ ਇਸ਼ਾਂਖ ਚੱਬੇਵਾਲ ਤੇ ਡੇਰਾ ਬਾਬਾ ਨਾਨਕ ਤੋਂ ਗੁਰਦੀਪ ਸਿੰਘ ਰੰਦਾਵਾ ਨੂੰ ਚੋਣ ਮੈਦਾਨ ਦੇ ਵਿੱਚ ਉਤਾਰਿਆ ਗਿਆ ਹੈ ਗਿੱਦੜਵਾਹ ਤੋਂ ਉਤਾਰੇ ਹਰਦੀਪ ਸਿੰਘ ਡਿੰਪੀ ਢਿੱਲੋਂ ਪੰਜਾਬ ਦੇ ਸਾਬਕਾ ਸੀਐਮ ਸੁਖਬੀਰ ਬਾਦਲ ਦੇ ਕਰੀਬੀ ਹੁੰਦੇ ਸਨ ਤੇ ਹੁਣ ਉਹ ਆਮ ਆਦਮੀ ਪਾਰਟੀ ਦੇ ਵਿੱਚ ਹਨ ਪਿਛਲੇ ਦਿਨ ਹੀ ਉਹ ਸ਼ਾਮਲ ਹੋਏ ਨੇ ਹਲਕਾ ਬਰਨਾਲਾ ਤੋਂ ਪਾਰਟੀ ਨੇ ਹਰਿੰਦਰ ਸਿੰਘ ਢਾਲੀਵਾਲ ਨੂੰ ਉਮੀਦਵਾਰ ਐਲਾਨਿਆ ਹੈ ਜੋ ਇਸੇ ਹਲਕੇ ਤੋਂ ਅਸਤੀਫਾ ਦੇਣ ਵਾਲੇ ਗੁਰਮੀਤ ਸਿੰਘ ਮੀਥੇਰ ਦੇ ਕਰੀਬੀਆਂ ਚੋਂ ਇੱਕ ਹਨ ਇਸੇ ਤਰ੍ਹਾਂ ਹਲਕਾ ਚੱਬੇਵਾਲ ਤੋਂ ਲੋਕ ਸਭਾ ਮੈਂਬਰ ਡਾਕਟਰ ਰਾਜਕੁਮਾਰ ਚੱਬੇਵਾਲ ਦੇ ਪੁੱਤਰ ਨੂੰ ਚੋਣ ਮੈਦਾਨ ਦੇ ਵਿੱਚ ਉਤਾਰਿਆ ਗਿਆ ਹੈ ਇਸ਼ਾਂਕ ਚੱਬੇਵਾਲ ਪੇਸ਼ੇ ਤੋਂ ਡਾਕਟਰ ਨੇ ਡੇਰਾ ਬਾਬਾ ਨਾਨਕ ਤੋਂ ਗੁਰਦੀਪ ਸਿੰਘ ਰੰਦਾਵਾ ਲੰਬੇ ਸਮੇਂ ਤੋਂ ਇਸੇ ਹਲਕੇ ਦੇ ਇੰਚਾਰਜ ਵਜੋਂ ਕੰਮਕਾਜ ਦੇਖ ਰਹੇ ਸਨ ਉਦਯੋਗ ਬੋਰਡ ਦੇ ਸੀਨੀਅਰ ਡਿਪਟੀ ਚੇਅਰਮੈਨ ਵੀ ਹਨ ਉਹਨਾਂ ਤੇ ਪਾਰਟੀ ਨੇ ਭਰੋਸਾ ਜਤਾਇਆ ਹੈ ਜਿਵੇਂ ਹੀ ਆਮ ਆਦਮੀ ਪਾਰਟੀ ਨੇ ਉਮੀਦਵਾਰਾਂ ਦਾ ਐਲਾਨ ਕੀਤਾ ਤਾਂ ਮੀਤਹੇਰ ਵਾਲੇ ਹਲਕੇ ਬਰਨਾਲਾ ਦੇ ਵਿੱਚ ਬਗਾਵਤ ਵੀ ਸਾਹਮਣੇ ਆ ਗਈ ਐਲਾਨੇ ਗਏ ਉਮੀਦਵਾਰ ਹਰਿੰਦਰ ਸਿੰਘ ਢਾਲੀਵਾਲ ਦਾ ਵਿਰੋਧ ਸ਼ੁਰੂ ਹੋ ਗਿਆ ਦਰਅਸਲ ਇਸ ਸੀਟ ਤੋਂ ਦਾਵੇਦਾਰੀ ਜਤਾ ਰਹੇ ਆਮ ਆਦਮੀ ਪਾਰਟੀ ਦੇ ਕਾਫੀ ਪੁਰਾਣੇ ਵਰਕਰ ਜੁੱਦਾ ਜ਼ਿਲ੍ਹਾ ਪ੍ਰਧਾਨ ਤੇ ਜ਼ਿਲ੍ਹਾ ਯੋਜਨਾ ਬੋਰਡ ਦੇ ਚੇਅਰਮੈਨ ਗੁਰਦੀਪ ਸਿੰਘ ਬਾਠ ਨੇ ਸ਼ਾਮ ਨੂੰ ਪ੍ਰੈਸ ਕਾਨਫਰੰਸ ਕੀਤੀ ਹਰਿੰਦਰ ਸਿੰਘ ਨੂੰ ਟਿਕਟ ਦੇਣ ਦੇ ਫੈਸਲੇ ਨੂੰ ਸਿੱਧਾ ਚੈਲੰਜ ਕਰਦਿਆਂ ਪਾਰਟੀ ਹਾਈ ਕਮਾਂਡ ਨੂੰ ਇਸ ਤੇ ਮੁੜ ਵਿਚਾਰ ਕਰਨ ਲਈ 24 ਘੰਟਿਆਂ ਦਾ ਸਮਾਂ ਦੇ ਦਿੱਤਾ ਜਿਹੜਾ ਕਿ ਅੱਜ ਸ਼ਾਮ ਤੱਕ ਸਮਾਪਤ ਹੋ ਜਾਊਗਾ ਪੀਸੀ ਕਰਦੇ ਆ ਗੁਰਦੀਪ ਬਾਟ ਨੇ ਕਿਹਾ ਕਿ ਉਹ ਪਿਛਲੇ 7 ਸਾਲਾਂ ਤੋਂ ਜ਼ਿਲ੍ਹਾ ਪ੍ਰਧਾਨ ਨੇ 2014 ਵਿੱਚ ਪਾਰਟੀ ਦੇ ਗਠਨ ਤੋਂ ਬਾਅਦ ਲਗਾਤਾਰ ਪੰਜਾਬ ਤੇ ਦੂਸਰੇ ਸੂਬਿਆਂ 'ਚ ਮਿਲੀ ਹਰ ਜ਼ਿੰਮੇਵਾਰੀ ਇਮਾਨਦਾਰੀ ਨਾਲ ਨਿਭਾ ਰਹੇ ਨੇ ਐਨਾ ਹੀ ਨਹੀਂ ਕਹਿੰਦੇ ਇਸ ਵਾਰ ਇਸੇ ਸੀਟ ਤੋਂ ਉਮੀਦਵਾਰ ਐਲਾਨੇ ਜਾਣ ਦਾ ਪਾਰਟੀ ਨੇ ਉਹਨਾਂ ਨਾਲ ਵਾਅਦਾ ਵੀ ਕੀਤਾ ਸੀ ਪਰ ਜਿਹੜਾ ਉਮੀਦਵਾਰ ਐਲਾਨ ਦਿੱਤਾ ਹੈ ਉਹ ਮੀਤ ਹੇਰ ਦੇ ਜਮਾਤੀ ਤੇ ਦੋਸਤ ਹੋਣ ਤੋਂ ਇਲਾਵਾ ਪਾਰਟੀ ਗਤੀਵਿਧੀਆਂ ਦੇ ਲਈ ਕੁਝ ਵੀ ਨਹੀਂ ਕਰਦਾ ਉਸ ਦੀ ਪਾਰਟੀ ਨੂੰ ਕੁਝ ਵੀ ਦੇਣ ਨਹੀਂ ਹੈ ਸਿਵਾਏ ਮੀਤ ਹੇਰ ਦੇ ਦੋਸਤ ਹੋਣ ਤੋਂ ਇਲਾਵਾ ਬਾਠ ਨੇ ਪਾਰਟੀ ਅੰਦਰ ਫੈਲ ਰਹੇ ਪਰਿਵਾਰਵਾਦ ਪ੍ਰਤੀ ਚਿੰਤਾ ਜ਼ਾਹਿਰ ਕੀਤੀ ਜੋ ਅੱਜ ਦੁਪਹਿਰੇ ਦਾ ਟਾਈਮ ਲਿਸਟ ਆਈ ਆਮ ਆਦਮੀ ਪਾਰਟੀ ਦੇ ਕੈਂਡੀਡੇਟ ਦੀ ਸੋ ਅਸੀਂ ਉਹ ਲਿਸਟ ਦੇਖ ਕੇ ਇਹਨੇ ਹੈਰਾਨ ਹੋਏ ਆ ਈਵਨ ਤੁਸੀਂ ਵੀ ਹੋਈ ਹੋਵੋਗੇ ਵੀ ਇਹ ਪਾਰਟੀ ਨੇ ਕੀਤਾ ਕੀ ਕਿਉਂਕਿ ਦੇਖੋ ਟਿਕਟਾਂ ਜਿਹੜੀ ਕਿ ਕੋਈ ਵੀ ਪਾਰਟੀਆਂ ਦਿੰਦੀਆਂ ਨੇ ਸਾਰੀਆਂ ਪਾਰਟੀਆਂ ਵਰਕਰਾਂ ਨੂੰ ਟਿਕਟ ਦਿੰਦੀਆਂ ਨੇ ਪਰ ਬਰਨਾਲੇ ਦੇ ਵਿੱਚ ਟਿਕਟ ਦਿੱਤੀ ਹੈ ਜੀ ਹਰਿੰਦਰ ਧਾਲੀਵਾਲ ਨੂੰ ਕੌਣ ਆ ਜੀ ਹਰਿੰਦਰ ਧਾਲੀਵਾਲ ਮੀਤ ਹੀਰ ਸਿੰਘ ਦਾ ਜੀ ਦੋਸਤ ਆ ਜੀ ਹਰਿੰਦਰ ਧਾਲੀਵਾਲ ਨਾਲ ਪੜਿਆ ਜੀ ਹਰਿੰਦਰ ਧਾਲੀਵਾਲ ਕੋਈ ਨੇੜੇ ਤੇੜੇ ਦੀ ਰਿਸ਼ਤੇਦਾਰੀ ਹੈ ਜੀ ਹਰਿੰਦਰ ਧਾਲੀਵਾਲ ਨਾਲ ਮੈਨੂੰ ਇਹ ਸਮਝ ਨਹੀਂ ਆਉਂਦੀ ਵੀ ਆਪਾਂ ਕੀ ਨਾਰਾ ਲੈ ਕੇ ਆਪਾਂ ਆਏ ਸੀ ਆਪਾਂ 2014 ਤੋਂ ਜੀ ਮੈਂ ਅਸੀਂ 2014 ਤੋਂ ਸਾਰੇ ਪਾਰਟੀ ਨਾਲ ਜੁੜੇ ਹੋਏ ਆਂ ਜ਼ਿਲ੍ਹਾ ਪ੍ਰਧਾਨ ਨਾਲ ਸਾਰੇ ਲੋਕ ਪਾਰਟੀ ਨੇ ਸਰਵੇ ਕੀਤਾ ਸਾਰੇ ਲੋਕ ਬਰਨਾਲੇ ਦੇ ਇਹ ਗੱਲ ਕਹਿੰਦੇ ਸੀ ਵੀ ਗਰਦੀਪ ਬਾਠ ਤੋਂ ਵਧੀਆ ਕੈਂਡੀਡੇਟ ਨਹੀਂ ਦੂਜੀਆਂ ਪਾਰਟੀਆਂ ਦੇ ਵੀ ਕਹਿੰਦੇ ਇਹ ਗੱਲ ਬੜੀ ਕਹਿੰਦੇ ਹੁੰਦੇ ਨੇ ਉੱਚਾ ਬੋਲ ਨਾ ਬੋਲੀਏ ਕਰਤਾਰੋਂ ਡਰੀਏ ਕਦੇ ਕਹਿਣਾ ਨਹੀਂ ਚਾਹੀਦਾ ਮੈਨੂੰ ਪਰ ਤੁਸੀਂ ਸਾਰੇ ਪੱਤਰਕਾਰ ਭਰਾ ਬੈਠੇ ਹੋ ਵੀ ਦੂਜੀਆਂ ਪਾਰਟੀਆਂ ਵਾਲੇ ਵੀ ਅਰਦਾਸਾਂ ਕਰਦੇ ਸੀ ਦੂਜੀਆਂ ਪਾਰਟੀਆਂ ਦੇ ਕੈਂਡੀਡੇਟ ਵੀ ਗਰਦੀਪ ਬਾਠ ਨਾ ਮੈਦਾਨ 'ਚ ਆਜੇ ਵੀ ਬਾਕੀ ਤਾਂ ਅਸੀਂ ਸਾਰਿਆਂ ਨੂੰ ਹਰਾ ਦਾਂਗੇ ਇਹ ਵੀ ਗਰਦੀਪ ਬਾਠ ਨਾ ਆਜੇ ਜਿੱਤ ਜਾਣਗੇ ਸੋ ਮਤਲਬ ਕਿ ਮੈਨੂੰ ਵੀ ਪਾਰਟੀ ਨੇ ਪੂਰਾ ਮੈਨੂੰ ਵਿਸ਼ਵਾਸਨ ਦਿਵਾਇਆ ਹੋਇਆ ਸੀ ਅਸੀਂ ਆਪਦਾ ਕੰਮ ਕਰ ਰਹੇ ਸੀ ਪਰ ਪਤਾ ਨਹੀਂ ਇਹਨਾਂ ਨੇ ਕੀ ਕੀਤਾ ਹਰਿੰਦਰ ਧਾਲੀਵਾਲ ਨੂੰ ਅਜ ਡਿਟਕਟਰ ਨੂੰ ਸਾਡੇ ਮਾਨਯੋਗ ਨੈਸ਼ਨਲ ਕਨਵੀਨਰ ਅਰਵਿੰਦ ਕੇਜਰੀਅਲ ਸਾਹਿਬ ਨੂੰ ਅਸੀਂ ਅਪੀਲ ਕਰਨਾ ਚਾਹੁੰਦੇ ਆ ਸਾਡੇ ਮਾਨਯੋਗ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ ਜੀ ਨੂੰ ਅਸੀਂ ਅਪੀਲ ਕਰਨਾ ਚਾਹੁੰਦੇ ਆ ਸਾਡੇ ਨੈਸ਼ਨਲ ਜਨਰਲ ਸਕੱਤਰ ਡਾਕਟਰ ਸੰਦੀਪ ਪਟਕ ਜੀ ਨੂੰ ਵੀ ਇਹ ਫੈਸਲੇ ਨੂੰ ਰੀਥਿੰਕ ਕੀਤਾ ਜਾਵੇ ਤੇ ਪਾਰਟੀ ਵਰਕਰ ਨੂੰ ਟਿਕਟ ਦਿੱਤੀ ਜਾਵੇ ਕਿਉਂਕਿ ਕਾਰਨ ਨਹੀਂ ਸਾਡੇ ਕੋਲ ਫਿਰ ਕੋਈ ਚਾਰਾ ਨਹੀਂ ਰਹਿਣਾ ਜੋ ਸਾਡੇ ਵਰਕਰਾਂ ਦਾ ਕੋਈ ਵੀ ਫੈਸਲਾ ਹੋਊ ਅਸੀਂ ਉਹ ਵਰਕਰਾਂ ਦੀ ਰਾਏ ਕਰਾਂਗੇ ਜੋ ਸਾਡੇ ਵਰਕਰ ਕਹਿਣਗੇ ਅਸੀਂ ਉਹ ਫੈਸਲਾ ਲਵਾਂਗੇ ਪਰ ਮੈਂ ਸਮਝਦਾ ਇਹਦੂ ਮੰਦਭਾਗੀ ਘਟਨਾ ਉਹ ਹੋ ਨਹੀਂ ਸਕਦੀ ਬਰਨਾਲੇ ਦੇ ਵਿੱਚ ਬਹੁਤ ਬਹੁਤ ਜ਼ਿਆਦਾ ਲੋਕਾਂ ਦੇ ਮੈਨੂੰ ਫੋਨ ਆ ਰਹੇ ਨੇ ਮੈਂ ਤੁਹਾਡੇ ਮਾਧਮ ਨਾਲ ਅਸੀਂ ਲੋਕਾਂ ਨੂੰ ਵੀ ਕਹਿਣਾ ਚਾਹਣਾ ਵਰਕਰਾਂ ਨੂੰ ਵੀ ਕਹਿਣਾ ਚਾਹਣਾ ਵੀ ਤੁਸੀਂ ਕੋਈ ਗੱਲ ਨਹੀਂ ਕਈ ਵਾਰ ਫੈਸਲੇ ਗਲਤ ਵੀ ਹੋ ਜਾਂਦੇ ਆ ਫੈਸਲੇ ਬਦਲੇ ਵੀ ਜਾਂਦੇ ਹੁੰਦੇ ਆ ਕੋਈ ਗੱਲ ਨਹੀਂ ਆਪਾਂ ਵੇਟ ਕਰਦੇ ਆ ਤੇ ਆਪਾਂ ਪਾਰਟੀ ਮਾਂ ਹੁੰਦੀ ਆ ਅਸੀਂ ਉਹਨਾਂ ਨੂੰ ਬੇਨਤੀ ਕਰਦੇ ਹਾਂ ਸਾਰੀ ਸਮੂਚੀ ਲੀਡਰਸ਼ਿਪ ਅਸੀਂ ਬੇਨਤੀ ਕਰਦੇ ਹਾਂ ਵੀ ਇਹ ਫੈਸਲੇ ਨੂੰ ਵਿਚਾਰਿਆ ਜਾਵੇ ਮੁੜ ਵਿਚਾਰਿਆ ਜਾਵੇ ਸਰਵੇ ਕੀਤਾ ਜਾਵੇ ਸਰਵੇ ਦੇ ਆਧਾਰ ਤੇ ਆ ਜਿਹੜੀ ਟਿਕਟਾ ਉਹ ਦਿੱਤੀ ਜਾਵੇ ਦੂਜੇ ਪਾਸੇ ਸੰਗਰੂਰ ਤੋਂ ਐਮਪੀ ਗੁਰਮੀਤ ਸਿੰਘ ਮੀਤਿਹਰ ਨੇ ਸਪਸ਼ਟਿਕਰਨ ਦੰਦਿਆ ਕਿ ਹਰਿੰਦਰ ਸਿੰਘ ਢਾਲੀਵਾਲ ਪਾਰਟੀ ਨਾਲ ਅੰਨਾ ਅੰਦੋਲਨ ਵੇਲੇ ਤੋਂ ਜੁੜੇ ਹੋਏ ਨੇ ਢਾਲੀਵਾਲ ਨਾਲ ਕਹਿੰਦੇ ਉਹਨਾਂ ਦੀ ਕਿਸੇ ਵੀ ਪ੍ਰਕਾਰ ਦੀ ਰਿਸ਼ਤੇਦਾਰੀ ਨਹੀਂ ਹੈ ਜੇ ਰਿਸ਼ਤੇਦਾਰੀ ਸਾਬਤ ਹੋ ਗਈ ਤਾਂ ਉਹ ਘਰੇ ਬੈਠ ਜਾਣਗੇ ਪਰ ਦੂਸਰੇ ਪਾਸੇ ਜੇ ਦੇਖਿਆ ਜਾਵੇ ਤਾਂ ਬਾਠ ਨੇ ਰਿਸ਼ਤੇਦਾਰੀ ਨਹੀਂ ਬਲਕਿ ਦੋਸਤੀ ਦੀ ਗੱਲ ਕੀਤੀ ਹੈ ਤੇ ਹੁਣ ਗੁਰਮੀਤ ਸਿੰਘ ਮੀਥ ਹੀਰ ਦੇ ਚੈਲੰਜ ਤੋਂ ਬਾਅਦ ਗੁਰਦੀਪ ਸਿੰਘ ਬਾਠ ਨੇ ਵੀ ਚੈਲੰਜ ਕੀਤਾ ਕਿ ਜੇ ਹਰਿੰਦਰ ਸਿੰਘ ਦੀ ਪਾਰਟੀ ਲਈ ਕੋਈ ਸਰਗਰਮੀ ਦੱਸ ਦਿਓ ਤਾਂ ਮੈਂ ਵੀ ਘਰੇ ਬੈਠ ਜਾਵਾਂਗਾ ਯਾਨੀ ਕਿ ਬਰਨਾਲਾ ਦੇ ਵਿੱਚ ਤਾਂ ਪੂਰਾ ਜਿਹੜਾ ਸਿਆਸੀ ਟਕਰਾਅ ਆਪਸ ਦੇ ਵਿੱਚ ਹੀ ਲੀਡਰਾਂ ਦਾ ਸ਼ੁਰੂ ਹੋ ਗਿਆ ਸ਼੍ਰੋਮਣੀ ਅਕਾਲੀ ਦਲ ਇਸ ਵਕਤ ਬੜੀ ਬੇਸਬਰੀ ਦੇ ਨਾਲ ਉਡੀਕ ਕਰ ਰਿਹਾ ਹੈ ਕਿ ਸੁਖਬੀਰ ਸਿੰਘ ਬਾਦਲ ਨੂੰ ਤਨਖਾਹਿਆ ਐਲਾਨੇ ਜਾਣ ਤੋਂ ਬਾਅਦ ਜਥੇਦਾਰ ਸਾਹਿਬ ਦੇ ਵੱਲੋਂ ਜਿਹੜਾ ਫੈਸਲਾ ਸੁਣਾਇਆ ਜਾਣਾ ਹੈ ਉਹ ਛੇਤੀ ਸੁਣਾ ਦਿੱਤਾ ਜਾਵੇ ਤਾਂ ਕਿ ਸੁਖਬੀਰ ਸਿੰਘ ਬਾਦਲ ਦੇ ਸਿਆਸੀ ਭਵਿੱਖ ਬਾਰੇ ਕੋਈ ਫੈਸਲਾ ਲਿਆ ਜਾ ਸਕੇ ਕਿਉਂਕਿ ਪਾਰਟੀ ਅੰਦਰੋਂ ਦੀ ਅੰਦਰੀਤਾ ਸੁਖਬੀਰ ਸਿੰਘ ਬਾਦਲ ਨੂੰ ਹੀ ਚੋਣ ਲੜਾਉਣ ਦੀਆਂ ਤਿਆਰੀਆਂ ਕਰ ਰਹੀ ਸੀ ਗਿੱੱੜਵਾਹਾ ਹੌਟ ਸੀਟ ਤੋਂ ਪਰ ਕੀ ਜਥੇਦਾਰ ਸਾਹਿਬ ਇਹਨਾਂ 4 ਦਿਨਾਂ ਦੇ ਵਿੱਚ ਕੋਈ ਫੈਸਲਾ ਕਰਨਗੇ ਇਸ ਬਾਰੇ ਕੁਝ ਨਹੀਂ ਕਿਹਾ ਜਾ ਸਕਦਾ ਸਿਆਸੀ ਪੰਡਤਾਂ ਇਹ ਵੀ ਕਹਿੰਦੇ ਨੇ ਕਿ ਜਥੇਦਾਰ ਸਾਹਿਬ ਦੇ ਵੱਲੋਂ ਸ਼ਾਇਦ ਜਮਨੀ ਚੋਣ ਮੁਕੰਮਲ ਹੋਣ ਤੋਂ ਬਾਅਦ ਸੁਖਬੀਰ ਸਿੰਘ ਬਾਦਲ ਤੇ ਕੋਈ ਫੈਸਲਾ ਸੁਣਾਇਆ ਜਾਊਗਾ ਜੇ ਬਾਗੀ ਅਕਾਲੀ ਧੜੇ ਦੀ ਗੱਲ ਕਰ ਲਈਏ ਤਾਂ ਸੀਨੀਅਰ ਲੀਡਰਾਂ ਸੁਖਦੇਵ ਸਿੰਘ ਢੀਂਡਸਾ ਤੇ ਪ੍ਰੇਮ ਸਿੰਘ ਚੰਦੂ ਮਾਜਰਾ ਨੇ ਕਿਹਾ ਕੀ ਅਕਾਲੀ ਦਲ ਸੁਧਾਰ ਲਹਿਰ ਦੇ ਵੱਲੋਂ ਵਿਧਾਨ ਸਭਾ ਜ਼ਿਮਨੀ ਚੋਣਾਂ ਨਈ ਲੜੀਆਂ ਜਾਣਗੀਆਂ ਪਾਰਟੀ ਇਸ ਵਕਤ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਨਵੇਂ ਪ੍ਰਧਾਨ ਚੁਣੇ ਜਾਣ ਤੇ ਹੀ ਫੋਕਸ ਕਰ ਰਹੀ ਹੈ ਤੇ ਟੀਮਸਾਂ ਨੇ ਦਾਵਾ ਕੀਤਾ ਹੈ ਕਿ 28 ਅਕਤੂਬਰ ਨੂੰ ਐਸਜੀਪੀਸੀ ਦੇ ਪ੍ਰਧਾਨ ਦੀ ਹੋਣ ਵਾਲੀ ਚੋਣ ਵਿੱਚ ਬੀਬੀ ਜਗੀਰ ਕੌਰ ਵੱਡੇ ਫਰਕ ਨਾਲ ਜੇਤੂ ਰਹਿਣਗੇ ਕਹਿੰਦੇ ਐਸਜੀਪੀਸੀ ਦੇ ਬਹੁਤੇ ਮੈਂਬਰ ਇੱਕ ਪਰਿਵਾਰ ਦੇ ਚੁੰਗਲ ਵਿੱਚੋਂ ਹੁਣ ਬਾਹਰ ਨਿਕਲਣਾ ਚਾਹੁੰਦੇ ਨੇ ਇਸ ਲਈ ਉਹਨਾਂ ਨੇ ਮਨ ਬਣਾ ਲਿਆ ਕਿ ਇਸ ਚੋਣ ਦੇ ਵਿੱਚ ਬਾਦਲ ਪਰਿਵਾਰ ਦੇ ਵਿਰੁੱਧ ਫਤਵਾ ਦਿੱਤਾ ਜਾਊਗਾ ਸੂ ਪ੍ਰਧਾਨ ਸਮੇਤ ਸ਼੍ਰੋਮਣੀ ਅਕਾਲੀ ਦਲ ਦੇ ਸਾਰੇ ਸੀਨੀਅਰ ਲੀਡਰ ਤਾਂ ਕਿਸੇ ਵੀ ਹਲਕੇ ਦੀ ਜ਼ਿਮਨੀ ਚੋਣ ਦੇ ਲਈ ਕੁਝ ਨਹੀਂ ਬੋਲ ਰਹੇ ਪਰ ਡੇਰਾ ਬਾਬਾ ਨਾਨਕ ਤੋਂ ਬੜੀ ਹੈਰਾਨੀਜਨਕ ਖਬਰ ਸਾਹਮਣੇ ਆਈ ਹੈ ਕਿ ਇਥੋਂ ਵਿਵਾਦਿਤ ਵੀਡੀਓ ਮਸਲੇ ਦੇ ਵਿੱਚ ਉਲਝੇ ਰਹੇ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਲੀਡਰ ਸੁੱਚਾ ਸਿੰਘ ਲੰਗਾ ਨੇ ਆਪਣੇ ਪੁੱਤਰ ਸੁਖਜਿੰਦਰ ਸਿੰਘ ਲੰਗਾ ਉਰਫ ਸੋਨੂ ਨੂੰ ਡੇਰਾ ਬਾਬਾ ਨਾਨਕ ਹਲਕੇ ਤੋਂ ਉਮੀਦਵਾਰ ਐਲਾਨ ਦਿੱਤਾ ਹੈ ਤੇ ਹੈਰਾਨੀ ਇਸ ਗੱਲ ਦੀ ਹੈ ਕਿ ਸ਼੍ਰੋਮਣੀ ਅਕਾਲੀ ਦਲ ਹਾਈ ਕਮਾਂਡ ਨੇ ਲੰਗਾ ਦੇ ਐਲਾਨ ਬਾਰੇ ਕੋਈ ਪ੍ਰतिकਰਮ ਹੀ ਨਹੀਂ ਦਿੱਤਾ ਜਦਕਿ ਲੰਗਾ ਨੇ ਕੁਝ ਮੀਡੀਆ ਅਦਾਰਿਆਂ ਦੇ ਨਾਲ ਗੱਲਬਾਤ ਕਰਦਿਆਂ ਦਾਵਾ ਕੀਤਾ ਕਿ ਐਤਕੀ ਉਹ ਇਸ ਹਲਕੇ ਤੋਂ ਚੋਣ ਨਹੀਂ ਲੜਨਗੇ ਬਲਕਿ ਉਹਨਾਂ ਦਾ ਪੁੱਤ ਸੋਨੂ ਉਮੀਦਵਾਰ ਹੋਵੇਗਾ ਬੀਜੇਪੀ ਦੇ ਵੱਲੋਂ ਇਸ ਹਲਕੇ ਤੋਂ ਰਵੀਕਰਨ ਸਿੰਘ ਕੱਲੋਂ ਦਾ ਚੋਣ ਲੜਨਾ ਵੀ ਤਕਰੀਬਨ ਤੈਅ ਮੰਨਿਆ ਜਾ ਰਿਹਾ ਹੈ ਤੇ ਐਮਪੀ ਸੁਖਜਿੰਦਰ ਸਿੰਘ ਰੰਧਾਵਾ ਜਿਨ੍ਹਾਂ ਦੇ ਐਮਪੀ ਬਣ ਤੋਂ ਬਾਅਦ ਸੀਟ ਖਾਲੀ ਹੋਈ ਹੈ ਉਹਨਾਂ ਨੇ ਕਿਹਾ ਕਿ ਇੱਕ ਦੋ ਦਿਨਾਂ ਦੇ ਵਿੱਚ ਕਾਂਗਰਸ ਇਥੋਂ ਉਮੀਦਵਾਰ ਦਾ ਐਲਾਨ ਕਰ ਦੇਵੇਗੀ ਤੁਸੀਂ ਇਹਨਾਂ ਸਾਰੇ ਹਾਲਾਤਾਂ ਦੇ ਦਰਮਿਆਨ ਸ਼੍ਰੋਮਣੀ ਅਕਾਲੀ ਦਲ ਨੇ ਵੀ ਕੋਰ ਕਮੇਟੀ ਦੀ ਬੈਠਕ ਸੱਦ ਲਈ ਹੈ ਕੱਲ 22 ਅਕਤੂਬਰ ਨੂੰ ਚੰਡੀਗੜ੍ਹ ਸਥਿਤ ਪਾਰਟੀ ਦੇ ਮੁੱਖ ਦਫ਼ਤਰ ਦੇ ਵਿੱਚ ਦੁਪਹਿਰੇ ਇਹ ਮੀਟਿੰਗ ਹੋਵੇਗੀ ਪਾਰਟੀ ਦੇ ਸੀਨੀਅਰ ਲੀਡਰ ਡਾਕਟਰ ਦਲਜੀਤ ਸਿੰਘ ਚੀਮਾ ਨੇ ਇਸ ਦੀ ਜਾਣਕਾਰੀ ਦਿੱਤੀ ਹੈ ਮੀਟਿੰਗ ਦੀ ਪ੍ਰਧਾਨਗੀ ਪਾਰਟੀ ਦੇ ਕਾਰਜਕਾਰੀ ਪ੍ਰਧਾਨ ਬਲਵਿੰਦਰ ਸਿੰਘ ਭੁੰਦੜ ਕਰਨਗੇ ਜਿਦੇ ਵਿੱਚ ਜਿਮਨੀ ਚੋਣਾਂ ਦੀਆਂ ਚਾਰੇ ਵਿਧਾਨ ਸਭਾ ਸੀਟਾਂ ਤੇ ਖੜੇ ਕੀਤੇ ਜਾਣ ਵਾਲੇ ਉਮੀਦਵਾਰਾਂ ਦੀ ਚਰਚਾ ਹੋਵੇਗੀ ਮੌਜੂਦਾ ਸਿਆਸੀ ਸਥਿਤੀ ਬਾਰੇ ਵੀ ਵਿਚਾਰ ਚਰਚਾ ਕੀਤੀ ਜਾਵੇਗੀ 28 ਅਕਤੂਬਰ ਨੂੰ ਐਸਸੀਪੀਸੀ ਦੇ ਅਹੁਦੇਦਾਰਾਂ ਦੀ ਸਲਾਨਾ ਚੋਣ ਬਾਰੇ ਵੀ ਪਾਰਟੀ ਆਪਣੀ ਰਣਨੀਤੀ ਤਿਆਰ ਕਰੇਗੀ ਚੋਣੇ ਦੀ ਖਰੀਦ ਦਾ ਮੁੱਦਾ ਵੀ ਵਿਚਾਰਿਆ ਜਾਊਗਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਦੀ ਚੋਣ ਐਤਕੀ ਸ਼੍ਰੋਮਣੀ ਅਕਾਲੀ ਦਲ ਦੇ ਲਈ ਵੱਡਾ ਚੈਲੰਜ ਬਣ ਰਹੀ ਹੈ ਸ਼ਾਇਦ ਇਤਿਹਾਸ ਦੇ ਵਿੱਚ ਪਹਿਲੀ ਵਾਰੀ ਅਕਾਲੀ ਦਲ ਦੇ ਲਈ ਐਤਕੀ ਇਮਤਿਹਾਨ ਦੀ ਘੜੀ ਬਣੀ ਹੈ ਸ਼੍ਰੋਮਣੀ ਕਮੇਟੀ ਦਾ ਪ੍ਰਧਾਨ ਚੁਣਨਾ ਵੀ ਅਕਾਲੀ ਦਲ ਦੇ ਲਈ ਵੱਡਾ ਚੈਲੰਜ ਸਾਬਿਤ ਹੋਵੇਗਾ ਬਾਕੀ ਇਕੱਲੇ ਲੀਡਰਾਂ ਨੇ ਬੀਬੀ ਜਗੀਰ ਕੌਰ ਨੂੰ ਆਪਣਾ ਉਮੀਦਵਾਰ ਐਲਾਨ ਦਿੱਤਾ ਹੈ 28 ਅਕਤੂਬਰ ਨੂੰ ਇਜਲਾਸ ਸੱਦਿਆ ਗਿਆ ਹੈ ਜਿਸ ਦੇ ਵਿੱਚ ਪ੍ਰਧਾਨ ਦੀ ਚੋਣ ਹੋਵੇਗੀ ਤੇ ਸ਼੍ਰੋਮਣੀ ਅਕਾਲੀ ਦਲ ਸੁਖਬੀਰ ਬਾਦਲ ਵਾਲੇ ਧੜੇ ਦੇ ਵੱਲੋਂ ਐਤਕੀ ਵੀ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਤੇ ਹੀ ਕਿਸਮਤ ਅਜ਼ਮਾਈ ਜਾ ਸਕਦੀ ਹੈ 2022 ਦੇ ਵਿੱਚ ਬੀਬੀ ਜਗੀਰ ਕੌਰ ਨੂੰ 45 ਦੇ ਕਰੀਬ ਵੋਟਾਂ ਪਈਆਂ ਸਨ ਵੱਡੇ ਫਰਕ ਨਾਲ ਧਾਮੀ ਨੇ ਬੀਬੀ ਜਗੀਰ ਕੌਰ ਨੂੰ ਹਰਾਇਆ ਸੀ ਪਰ ਐਤਕੀ ਮਾਹੌਲ ਕੁਝ ਹੋਰ ਹੈ ਐਤਕੀ ਹਾਲਾਤ ਕਾਫੀ ਬਦਲ ਚੁੱਕੇ ਹਨ ਉਸ ਵਕਤ ਜਿਹੜੇ ਕਾਲੇ ਲੀਡਰ ਸੁਖਬੀਰ ਸਿੰਘ ਬਾਦਲ ਨਾਲ ਡਟ ਕੇ ਖੜੇ ਸਨ ਉਹ ਐਤਕੀ ਜਗੀਰ ਕੌਰ ਦੇ ਖੇਮੇ ਦੇ ਵਿੱਚ ਆ ਗਏ ਹਨ ਸੋ ਦੇਖਦੇ ਹਾਂ 28 ਅਕਤੂਬਰ ਨੂੰ ਐਸ்சிਪੀਸੀ ਦੇ ਮੈਂਬਰ ਕਿਸ ਨੂੰ ਪ੍ਰਧਾਨ ਚੁਣਨਗੇ ਕਿਉਂਕਿ ਐਤ ਕੀ ਲੱਗਦਾ ਹੈ ਕਿ ਲਫਾਫਾ ਕਲਚਰ ਵੀ ਕਾਮਯਾਬ ਨਹੀਂ ਰਹੂਗਾ ਕੈਨੇਡਾ ਅਮਰੀਕਾ ਤੇ ਭਾਰਤ ਵਿਚਾਲੇ ਇਸ ਵਕਤ ਹਰਦੀਪ ਸਿੰਘ ਨਿੱਜਰ ਅਤੇ ਗੁਰਪਤਵੰਦ ਸਿੰਘ ਪੰਨੂ ਮਾਮਲੇ ਤੇ ਤਣਾਅ ਵਧਦਾ ਜਾ ਰਿਹਾ ਹੈ ਇਸ ਦਰਮਿਆਨ ਭਾਰਤ ਵਿੱਚ ਕੈਨੇਡਾ ਦੇ ਰਾਜਦੂਤ ਰਹੇ ਕੈਮਰਨ ਮੈਕੀਨੇ ਨੇ ਭਾਰਤ ਸਰਕਾਰ 'ਤੇ ਗੰਭੀਰ ਇਲਜ਼ਾਮ ਲਾਏ ਨੇ ਨਿਜਰ ਅਤੇ ਪੰਨੂ ਮਾਮਲੇ ਦੇ ਵਿੱਚ ਕੈਨੇਡਾ ਦੇ ਇੱਕ ਸਰਕਾਰੀ ਨਿਊਜ਼ ਚੈਨਲ ਸੀਬੀਸੀ ਨੂੰ ਦਿੱਤੇ ਇੱਕ ਵਿਸ਼ੇਸ਼ ਇੰਟਰਵਿਊ ਦੇ ਵਿੱਚ ਕੈਮਰਨ ਨੇ ਕਿਹਾ ਕਿ ਕੈਨੇਡਾ ਦੇ ਵਿੱਚ ਨਿਜਰ ਦਾ ਖਾਤਮਾ ਤੇ ਅਮਰੀਕਾ ਦੇ ਵਿੱਚ ਪੰਨੂ ਨੂੰ ਖਤਮ ਕਰਨ ਦੀ ਕੋਸ਼ਿਸ਼ ਇੱਕ ਹੀ ਸਾਜ਼ਿਸ਼ ਦਾ ਹਿੱਸਾ ਹੈ ਸੀਬੀਸੀ ਦੇ ਨਿਊ ਸਟੈਂਡਰਡ ਪ੍ਰੋਗਰਾਮ ਦੇ ਵਿੱਚ ਕੈਨੇਡੀਅਨ ਕੂਟਨੀਤਕ ਕੈਮਰਨ ਮੈਕੀਨੇ ਕਿਹਾ ਕਿ ਇੱਕ ਦਿਨ ਪਹਿਲਾਂ ਹੀ ਅਮਰੀਕਾ ਵਿੱਚ ਲਾਏ ਗਏ ਮੁਕਦਮੇ ਅਤੇ ਇਲਜ਼ਾਮ ਤੇ ਫਿਰ 29 ਨਵੰਬਰ 2023 ਨੂੰ ਸ਼ੁਰੂ ਕੀਤੇ ਗਏ ਮੁਕਦਮੇ ਇਹ ਦਰਸਾਉਂਦੇ ਨੇ ਕਿ ਕਈ ਜਣਿਆਂ ਨੂੰ ਖਤਮ ਕਰਨ ਦੀ ਕੋਸ਼ਿਸ਼ ਇੱਕ ਹੀ ਸਾਜ਼ਿਸ਼ ਦਾ ਹਿੱਸਾ ਸੀ ਜੇ ਦੋਵੇਂ ਮੁਕਦਮਿਆਂ ਦੇ ਸਬੂਤਾਂ ਨੂੰ ਇਕੱਠਿਆਂ ਰੱਖ ਕੇ ਦੇਖਿਆ ਜਾਵੇ ਇੱਕ ਜਿਹੜਾ ਜਾਰੀ ਕੀਤਾ ਗਿਆ ਤੇ ਦੂਸਰਾ ਜਿਹੜਾ RCMP ਨੇ ਬਿਆਨ ਦਿੱਤਾ ਹੈ ਤਾਂ ਤੁਹਾਨੂੰ ਇੱਕ ਸਪਸ਼ਟ ਤਸਵੀਰ ਦਿਖੇਗੀ ਕਿ ਇੱਕ ਸਾਲ ਤੋਂ ਕੀ ਹੁੰਦਾ ਆ ਰਿਹਾ ਹੈ ਮੈਂ ਕਿਨੇ ਇਸ ਨੂੰ ਭਾਰਤ ਦੀ ਭਾਰੀ ਰਣਨੀਤਿਕ ਗਲਤੀ ਕਰਾਰ ਦਿੰਦੇ ਹਾਂ ਕਿ ਹਾਂ ਕਿ ਜਰਾ ਸੋਚੋ ਭਾਰਤ ਸਰਕਾਰ ਦੇ ਕੁਝ ਏਜੰਟ ਪੂਰੇ ਉੱਤਰੀ ਅਮਰੀਕਾ ਵਿੱਚ ਹਿੰਸਕ ਅਪਰਾਧ ਕਰਵਾ ਸਕਦੇ ਨੇ ਇਸ ਤੋਂ ਬਚ ਨਿਕਲਦੇ ਨੇ ਇਹ ਭਾਰੀ ਰਣਨੀਤਿਕ ਗਲਤੀ ਸੀ ਇਹ ਦਾਵਾ ਕਰਦੇ ਆ ਕੈਮਰਨ ਨੇ ਜ਼ਿਕਰ ਕੀਤਾ ਕਿ ਪਿਛਲੇ ਸੋਮਵਾਰ ਨੂੰ ਕੈਨੇਡਾ ਦੀ RCMP ਨੇ ਪ੍ਰੈਸ ਕਾਨਫਰੰਸ ਦੇ ਵਿੱਚ ਦਾਅਵੇ ਕੀਤੇ ਸੀ ਜਿਸ ਮੁਤਾਬਕ ਭਾਰਤੀ 에ਜੰਟ ਬਿਸ਼ਨੋਈ ਗੈਂਗ ਦੀ ਮਦਦ ਨਾਲ ਕੈਨੇਡਾ ਦੇ ਵਿੱਚ ਦੱਖਣ ਏਸ਼ੀਆਈ ਮੂਲ ਦੇ ਲੋਕਾਂ ਖਾਸ ਕਰਕੇ ਖਾਲਿਸਤਾਨ ਹਮਾਇਤਿਆਂ ਨੂੰ ਨਿਸ਼ਾਨਾ ਬਣਾ ਰਹੇ ਨੇ ਕਹਿੰਦੇ ਮੈਨੂੰ ਲੱਗਦਾ ਹੈ ਕਿ ਕੁਝ ਗਲਤੀਆਂ ਹੋਈਆਂ ਜਿਸ ਨਾਲੇ ਲੋਕ ਫੜੇ ਗਏ ਕੁਝ ਬਹੁਤ ਗੰਭੀਰ ਹੱਦਾਂ ਨੂੰ ਪਾਰ ਕੀਤਾ ਗਿਆ ਤਾਜ਼ਾ ਅਮਰੀਕੀ ਮੁਕੱਦਮਿਆਂ ਨੇ ਇੰਡੀਆ ਬ੍ਰਾਂਡ ਦੇ ਅਕਸ ਨੂੰ ਨੁਕਸਾਨ ਪਹੁੰਚਾਇਆ ਹੈ ਇਹ ਭਾਰਤ ਵਿੱਚ ਲੰਬਾ ਸਮਾਂ ਤਾਇਨਾਤ ਰਹੇ ਕੈਨੇਡਾ ਦੇ ਸਾਬਕਾ ਰਾਜਦੂਤਾ ਵੱਡਾ ਬਿਆਨ ਹੈ ਕੈਮਰਨ ਨੇ ਅਗਸਤ ਮਹੀਨੇ ਦੇ ਵਿੱਚ ਭਾਰਤ ਨੂੰ ਛੱਡ ਦਿੱਤਾ ਸੀ ਕੈਮਰਨ ਨੇ ਕਿਹਾ ਕਿ ਭਾਰਤ ਦੀ ਸੋਚ ਹੈ ਕਿ ਉਹਨਾਂ ਦੇ ਏਜੰਟ ਵਿਦੇਸ਼ੀ ਧਰਤੀ ਤੇ ਹਿੰਸਾ ਕਰਕੇ ਵਾਪਸ ਬਚ ਕੇ ਆ ਸਕਦੇ ਨੇ ਜੋ ਕਿ ਗਲਤ ਹੈ ਲੰਘੇ ਸਾਲ ਕੈਨੇਡਾ ਦੀ ਧਰਤੀ ਤੇ ਸਰੀ ਦੇ ਇੱਕ ਸਿੱਖ ਲੀਡਰ ਨੂੰ ਗੁਰੂ ਘਰ ਦੇ ਬਾਹਰ ਗੋਲੀਆਂ ਮਾਰ ਕੇ ਖਤਮ ਕਰ ਦਿੱਤਾ ਗਿਆ ਸੀ ਉਸ ਮਾਮਲੇ ਦੇ ਵਿੱਚ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਸਿੱਧਾ-ਸਿੱਧਾ ਭਾਰਤ ਸਰਕਾਰ ਦੇ ਸ਼ਮੂਲੀਅਤ ਦਾ ਦੋਸ਼ ਲਾਇਆ ਸੀ ਹੁਣ ਇੱਕ ਵਾਰੀ ਫੇਰ ਤੋਂ ਇਸ ਮੁੱਦੇ ਤੇ ਭਾਰਤ ਅਤੇ ਕੈਨੇਡਾ ਦੇ ਵਿੱਚ ਸਿਆਸਤ ਗਰਮਾਈ ਹੋਈ ਹੈ ਜਿਸ ਦਰਮਿਆਨ ਭਾਰਤ ਅਤੇ ਕੈਨੇਡਾ ਦੋਵੇਂ ਮੁਲਕਾਂ ਨੇ ਇੱਕ ਦੂਸਰੇ ਦੇ ਕੂਟਨੀਤਿਕ ਕੱਢਣ ਦਾ ਐਲਾਨ ਕਰ ਦਿੱਤਾ ਅਤੇ ਕੈਨੇਡੀਅਨ ਕੂਟਨੀਤਿਕ ਸ਼ੁਕਰਵਾਰ ਦੀ ਸ਼ਾਮ ਨੂੰ ਨਵੀਂ ਦਿੱਲੀ ਛੱਡ ਕੇ ਕੈਨੇਡਾ ਚਲੇ ਗਏ ਸਨ ਭਾਰਤ ਨੇ ਵੀ ਆਪਣੇ ਹਾਈ ਕਮਿਸ਼ਨਰ ਤੇ ਪੰਜ ਹੋਰ ਕੂਟਨੀਤਿਕਾਂ ਨੂੰ ਕੈਨੇਡਾ ਤੋਂ ਵਾਪਸ ਸੱਦ ਲਿਆ ਹੈ ਕਮਾਂਤਰੀ ਪੱਧਰ ਤੇ ਸਿੱਖਾਂ ਦੀ ਸੁਰੱਖਿਆ ਦਾ ਮਸਲਾ ਪੂਰਾ ਗਰਮਾਇਆ ਹੋਇਆ ਹੈ ਕੈਨੇਡਾ ਅਮਰੀਕਾ ਅਤੇ ਭਾਰਤ ਦੇ ਵੱਡੇ ਅਧਿਕਾਰੀ ਇੱਥੋਂ ਤੱਕ ਕਿ ਪ੍ਰਧਾਨ ਮੰਤਰੀ ਵੀ ਇਸ ਮਸਲੇ ਤੇ ਬੋਲ ਰਹੇ ਨੇ ਪਰ ਪੰਜਾਬ ਦੇ ਲੀਡਰ ਕਿਉਂ ਚੁੱਪ ਹਨ ਇਸ ਤੇ ਸਵਾਲ ਖੜੇ ਕੀਤੇ ਨੇ ਕਾਂਗਰਸ ਦੇ ਪੰਜਾਬ ਦੇ ਪੁਲੱਤ ਤੋਂ ਵਿਧਾਇਕ ਅਤੇ ਸੀਨੀਅਰ ਲੀਡਰ ਸੁਖਪਾਲ ਸਿੰਘ ਖੈਰਾ ਨੇ ਸੁਖਪਾਲ ਸਿੰਘ ਖੈਰਾ ਨੇ ਕਿਹਾ ਕਿ ਜਿੱਥੇ ਅਮਰੀਕਾ ਤੇ ਕੈਨੇਡਾ ਵਰਗੇ ਮੁਲਕ ਸਿੱਖਾਂ ਪ੍ਰਤੀ ਚਿੰਤਤ ਨੇ ਉੱਥੇ ਹੀ ਸਾਡੇ ਪੰਜਾਬ ਦੇ ਸਿਆਸੀ ਅਤੇ ਧਾਰਮਿਕ ਲੀਡਰ ਅਤੇ ਲੋਕ ਕੁੱਲੜ ਪੀਜ਼ਾ ਤੇ ਵਿਰਸਾ ਸਿੰਘ ਵਲਟੋਹਾ ਵਰਗੇ ਬੇਤੁਕੇ ਮੁੱਦਿਆਂ ਤੱਕ ਹੀ ਉਲਝੇ ਹੋਏ ਨੇ ਕੋਈ ਵੀ ਇਸ ਮਸਲੇ ਤੇ ਬੋਲਣ ਦੀ ਹਿਮਾਕਤ ਨਹੀਂ ਕਰ ਰਿਹਾ ਅਜਿਹਾ ਕਹਿੰਦੇ ਆ ਸੁਖਪਾਲ ਸਿੰਘ ਖੈਰਾ ਨੇ ਸਾਰੀਆਂ ਸਿਆਸੀ ਪਾਰਟੀਆਂ ਤੇ ਸਵਾਲ ਚੁੱਕੇ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਪੁੱਛਿਆ ਕਿ ਆਖਿਰਕਾਰ ਇਸ ਕੋ ਮੰਤਰੀ ਮੁੱਦੇ ਤੇ ਕੋਈ ਬਿਆਨ ਕਿਉਂ ਨਹੀਂ ਆ ਰਿਹਾ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਜਾਂ ਫਿਰ ਐਸਪੀਸੀ ਦੇ ਪ੍ਰਧਾਨ ਹੋਣ ਸ਼੍ਰੋਮਣੀ ਅਕਾਲੀ ਦਲ ਦੇ ਮੌਜੂਦਾ ਪ੍ਰਧਾਨ ਤੇ ਕਾਰਜਕਾਰੀ ਪ੍ਰਧਾਨ ਤੇ ਸਵਾਲ ਚੁੱਕੇ ਨੇ ਕਿ ਤੁਸੀਂ ਇਸ ਮੁੱਦੇ ਤੇ ਕਮ ਸੇ ਕਮ ਸਾਡੀ ਸਰਕਾਰ ਤੋਂ ਸਵਾਲ ਤਾਂ ਪੁੱਛ ਸਕਦੇ ਹੋ ਸਿੱਖਾਂ ਦੇ ਵੱਡੇ ਮੁੱਦੇ ਉਲਝੇ ਪਏ ਨੇ ਕੀ ਉਹਨਾਂ ਤੇ ਸਵਾਲ ਨਹੀਂ ਪੁੱਛੇ ਜਾ ਸਕਦੇ ਲਾਰੈਂਸ ਬਿਸ਼ਨੋਈ ਦੇ ਵੱਲੋਂ ਜੇਲ੍ਹ ਦੇ ਵਿੱਚ ਬੈਠਿਆ ਹੀ ਜਿਹੜੇ ਵੱਡੇ ਕਤਲਾਂ ਨੂੰ ਇਲਜ਼ਾਮ ਅੰਜਾਮ ਦਿੱਤੇ ਜਾ ਰਹੇ ਨੇ ਉਸ ਤੇ ਵੀ ਸਵਾਲ ਨਾ ਪੁੱਛਣਾ ਉਸ ਤੇ ਵੀ ਲੀਡਰਾਂ ਦੀ ਚੁੱਪੀ ਤੇ ਖੈਰਾਂ ਨੇ ਸਵਾਲ ਚੁੱਕੇ ਨੇ ਇਸ ਵੇਲੇ ਸਿੱਖ ਤੇ ਪੰਜਾਬ ਦੇ ਲੋਕ ਕਿਹੜੇ ਮਸਲਿਆਂ ਤੇ ਉਲਝ ਰਹੇ ਨੇ ਪੰਜਾਬ ਤੇ ਸਿੱਖਾਂ ਦੇ ਵੱਡੇ ਮਸਲੇ ਕੁੱਲੜ ਪੀਜ਼ਾ ਦੀ ਜੋੜੀ ਦਾ ਜੋ ਵਿਵਾਦ ਉੱਠਿਆ ਵਾ ਵਿਰਸਾ ਸਿੰਘ ਬਲਟੋਹਾ ਬਨਾਮ ਜੱਥੇਦਾਰ ਸਾਹਿਬ ਦੀ ਜੋ ਤਕਰਾਰ ਚੱਲ ਰਹੀ ਆ ਵਾ ਨੀਹਾ ਕੱਕੜ ਤੇ ਹਨੀਪ੍ਰੀਤ ਦੀਆਂ ਵੀਡੀਓਜ਼ ਕੁਝ ਸਮਾਂ ਪਹਿਲਾਂ ਹਨੀ ਸੇਠੀ ਤੇ ਹਰਪ੍ਰੀਤ ਸਿੰਘ ਮਖੂ ਬਨਾਮ ਪ੍ਰਿੰਕਲ ਤੇ ਵਿੱਕੀ ਥਾਮਸ ਦਾ ਝਗੜਾ ਵਗੈਰਾ ਵਗੈਰਾ ਇਹ ਅੱਜ ਸਾਡਾ ਜਿਹੜਾ ਪੰਜਾਬ ਦਾ ਸੋਸ਼ਲ ਮੀਡੀਆ ਹੈ ਜਿਹੜਾ ਪੰਜਾਬ ਦੇ ਲੋਕ ਤੇ ਸਿੱਖ ਖਾਸ ਤੌਰ ਤੇ ਇਹਨਾਂ ਗੱਲਾਂ ਦੇ ਉੱਤੇ ਉਲਝ ਰਹੇ ਨੇ ਤੇ ਜਿਹੜੇ ਅਸਲ ਮਸਲੇ ਜਿਹੜੇ ਬਰਨਿੰਗ ਇਸ਼ੂਜ਼ ਨੇ ਜਿਹਦੇ ਚ ਪੰਜਾਬ ਔਰ ਸਿੱਖਾਂ ਦਾ ਭਵਿੱਖ ਦਾਤੇ ਲੱਗਿਆ ਹੋਇਆ ਉਹਦੇ ਤੇ ਬਿਲਕੁਲ ਚੁੱਪੀ ਸਾਦੀ ਹੋਈ ਸਾਰੀਆਂ ਪੋਲਿਟੀਕਲ ਪਾਰਟੀਆਂ ਦੇ ਵੱਡੇ ਲੀਡਰਾਂ ਨੇ ਵਿਸ਼ੇਸ਼ ਤੌਰ ਤੇ ਮਸਲਾ ਮੈਂ ਜ਼ਿਕਰ ਕਰਨਾ ਚਾਹੁੰਦਾ ਜਿਹੜਾ ਪਿਛਲੇ ਦਿਨਾਂ ਚ ਕੈਨੇਡਾ ਦੇ ਪ੍ਰਾਈਮ ਮਿਨਿਸਟਰ ਜਸਟਿਨ ਟਰੂਡੋ ਔਰ ਉਥੋਂ ਦੇ ਸੀਨੀਅਰ ਪੁਲਿਸ ਆਫਸਰਸ ਨੇ ਖੁਲਾਸਾ ਕੀਤਾ ਵਾ ਕਿ ਜਿਹੜਾ ਉਥੇ ਕਤਲ ਹੋਇਆ ਹਰਪ੍ਰੀਤ ਸਿੰਘ ਨ ਉਦੇ ਚ ਇੰਡੀਆ ਦੇ ਅਫੀਸ਼ੀਅਲਸ ਔਰ ਏਜੰਸੀਸ ਜਿਹੜੀਆਂ ਇਨਵੋਲਡ ਸੀ ਗਿਆ ਔਰ ਇਸੇ ਤਰ੍ਹਾਂ ਹੀ ਅਮਰੀਕਨ ਗਵਰਨਮੈਂਟ ਨੇ ਕੌਗਨੀਸੈਂਸ ਲਈਆ ਉਹਨਾਂ ਨੇ ਆਲਰੇਡੀ ਇੱਕ ਆਦਮੀ ਅਰੈਸਟ ਕੀਤਾ ਹੋਇਆ ਚੈਕੋ ਸਲਵਾਕੀਆ ਤੋਂ ਐਕਸਟਰੈਡਿਟ ਕਰਕੇ ਲੈ ਗਏ ਨੇ ਅਮਰੀਕਾ ਤੇ ਇੱਕ ਆਦਮੀ ਇੰਡੀਆ ਦੀ ਰੋ ਏਜੰਸੀ ਦਾ ਆਦਮੀ ਉਹਨਾਂ ਨੇ ਨਾਮਜ਼ਦ ਕਰ ਦਿੱਤਾ ਅਦਾਲਤੀ ਕਾਰਵਾਈ ਵਿੱਚ ਔਰ ਇਹਦੇ ਪਿੱਛੇ ਲਾਰੈਂਸ ਬਿਸ਼ਨੋਈ ਗੈਂਗ ਦਾ ਬਹੁਤ ਵੱਡਾ ਰੋਲ ਕਿਹਾ ਜਾ ਰਿਹਾ ਵਾ ਕਿ ਸਾਰੀ ਇਹਦੀ ਜ਼ਿੰਮੇਵਾਰੀ ਜਿਹੜੀ ਉਹ ਚੁੱਕਰੇ ਨੇ ਉਹਨਾਂ ਨੇ ਹਾਲ ਹੀ ਵਿੱਚ ਉਸਨੇ ਬਾਬਾ ਸਦੀਕੀ ਜਿਹੜਾ ਫਾਰਮਰ ਮਿਨਿਸਟਰ ਸੀ ਮਹਾਰਾਸ਼ਟra ਉਹਦੇ ਕਤਲ ਦੀ ਜ਼ਿੰਮੇਵਾਰੀ ਲਈ ਉਸ ਤੋਂ ਪਹਿਲਾਂ ਸਾਡੇ ਸਿੱਧੂ ਮੂਸੇਵਾਲੇ ਦੇ ਕਤਲ ਦੀ ਜ਼ਿੰਮੇਵਾਰੀ ਲਈ ਲੇਕਿਨ ਸਾਡਾ ਜਿਹੜਾ ਇੱਥੇ ਪ੍ਰਮੁੱਖ ਆਗੂ ਨੇ ਇਸ ਵਕਤ ਪੰਜਾਬ ਦੇ ਉਹ ਇਹਨਾਂ ਮਸਲਿਆਂ ਦੇ ਉੱਤੇ ਅ ਪਿਛਲੇ ਇੱਕ ਹਫ਼ਤੇ ਤੋਂ ਪੂਰੀ ਮੌਨਤਾਰੀ ਬੈਠੇ ਨੇ ਚੁੱਪ ਬੈਠੇ ਨੇ ਔਰ ਇਹਨਾਂ ਵਿੱਚ ਜ਼ਿਆਦਾ ਸਵਾਲ ਜਿਹੜਾ ਬਣਦਾ ਹੈ ਉਹ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਾਹਿਬ ਨੂੰ ਬਣਦਾ ਜਿਹੜੇ ਚਾਹੇ ਸੁਖਬੀਰ ਸਿੰਘ ਬਾਦਲ ਨੇ ਜਿਹੜੇ ਹੁਣ ਭੁੰਦਰ ਸਾਹਿਬ ਬਣਾਏ ਨੇ ਅ ਉਹਨਾਂ ਨੇ ਇਹਦੇ ਤੇ ਇੱਕ ਸ਼ਬਦ ਨਹੀਂ ਬੋਲਿਆ ਵੈਸੇ ਸ਼੍ਰੋਮਣੀ ਅਕਾਲੀ ਦਲ ਕਹਿੰਦੀ ਕਿ ਅਸੀਂ ਸਿੱਖਾਂ ਦੀ ਨੁਮਾਇੰਦਾ ਜਮਾਤ ਆ ਉਹ ਵੀ ਚੁੱਪ ਬੈਠੇ ਨੇ ਸਾਡੇ ਜਥੇਦਾਰ ਸਾਹਿਬ ਅਕਾਲ ਤਖਤ ਸਾਹਿਬ ਦੇ ਠੀਕ ਆ ਬੜੇ ਸਾਡੇ ਸਤਕਾਰਯੋਗ ਨੇ ਉਹ ਛੋਟੀਆਂ ਗੱਲਾਂ ਵਿੱਚ ਉਲਝ ਰਹੇ ਨੇ ਜਦਕਿ ਉਹਨਾਂ ਨੂੰ ਇਹ ਜਿਹੜੀ ਆ ਜਿਹੜਾ ਵਿਵਾਦ ਉੱਠਿਆ ਜਿਹਦੇ ਸਾਰੇ ਵੈਸਟਰਨ ਵਰਲਡ ਸਿੱਖਾਂ ਦੇ ਭਵਿੱਖ ਵਾਸਤੇ ਚਿੰਤਤ ਆ 5 ਆਈਜ਼ ਵਰਗੇ ਪਾਵਰਫੁੱਲ ਦੇਸ਼ਾਂ ਨੇ ਇਹਦੀ ਕੌਗਨੀਸ਼ੈਂਸ ਲਈ ਆ ਲੇਕਿਨ ਜਥੇਦਾਰ ਸਾਹਿਬ ਹੁਣੀ ਵੀ ਇਹਦੇ ਤੇ ਚੁੱਪ ਬੈਠੇ ਨੇ ਅਗਲੀ ਜਮਾਤ ਸਾਡੀ ਜਿਹਨੂੰ ਆਪਾਂ ਮਿਨੀ ਪਾਰਲੀਮੈਂਟ ਕਹਿੰਦੇ ਨੇ ਸਿੱਖਾਂ ਦੀ ਐਸਸੀਪੀਸੀ ਦੇ ਪ੍ਰਧਾਨ ਸਾਹਿਬ ਕੋਈ ਮਾੜਾ ਮੋਟਾ ਇੱਕ ਅਦਾ ਟਵੀਟ ਦੇਖਿਆ ਮੈਂ ਉਹਨਾਂ ਦਾ ਨਾਰਮਲ ਜਿਹਾ ਬੜਾ ਮਾਈਲਡ ਜਿਹਾ ਉਹ ਵੀ ਚੁੱਪ ਬੈਠੇ ਨੇ ਔਰ ਅਗਲੀ ਜਿਹੜੀ ਕਾਰਵਾਈ ਜਿਹੜੀ ਰਿਸਪੌਂਸਿਬਿਲਟੀ ਬਣਦੀ ਉਹ ਭਗਵੰਤ ਸਿੰਘ ਮਾਨ ਦੀ ਬਣਦੀ ਕਿਉਂਕਿ ਸਾਡਾ ਚੁਣਿਆ ਹੋਇਆ ਇਲੈਕਟਿਡ ਚੀਫ ਮਿਨਿਸਟਰ ਹੈ 3 ਕਰੋੜ ਲੋਕਾਂ ਦੀ ਉਹ ਨੁਮਾਇੰਦਗੀ ਕਰਦੇ ਨੇ ਪੰਜਾਬ ਦਾ ਇੱਕ ਕਿਸਮ ਦਾ ਹੈੱਡ ਹੈ ਪੰਜਾਬ ਦਾ ਉਹਨੇ ਵੀ ਇਹਦੇ ਤੇ ਕੋਈ ਗੱਲ ਨਹੀਂ ਕੀਤੀ ਉਹ ਕਿਹੜੀਆਂ ਗੱਲਾਂ ਕਰ ਰਹੇ ਨੇ ਪੰਚਾਇਤੀ ਚੋਣਾਂ ਅਸੀਂ ਇਹਨੇ ਬੰਦੇ ਬਿਨਾ ਮੁਕਾਬਲਾ ਜਤਾਲੇ ਨੇ ਉਹ ਕੀ ਗੱਲਾਂ ਕਰ ਰਿਹਾ ਅਸੀਂ ਗਲੀਆਂ ਨਾਲੀਆਂ ਬਣਾ ਦਾਂਗੇ ਪੰਜਾਬ ਦੀਆਂ ਉਹ ਇਹਨਾਂ ਗੱਲਾਂ ਦੇ ਉੱਤੇ ਉਲਝੇ ਹੋਏ ਨੇ ਜਦ ਕਿ ਪੰਜਾਬ ਦੇ ਅਸਲ ਬਰਨਿੰਗ ਇਸ਼ੂਸ ਵਿੱਚੋਂ ਇੱਕ ਇਸ਼ੂ ਇਸ ਵਕਤ ਇਹ ਆ ਸਾਰੀ ਸਿੱਖ ਲੀਡਰਸ਼ਿਪ ਨੂੰ ਘੱਟੋ ਘੱਟ ਹੋਰ ਕੁਝ ਨਹੀਂ ਤਾਂ ਸਾਡੀ ਸਰਕਾਰ ਨੂੰ ਇਹ ਪੁੱਛਣਾ ਚਾਹੀਦਾ ਕਿ ਤੁਸੀਂ ਵਿਦੇਸ਼ਾਂ ਵਿੱਚ ਅਗਰ ਜਾ ਕੇ ਸਾਡੇ ਸਿੱਖਾਂ ਨੂੰ ਮਾਰ ਰਹੇ ਹੋ ਜਾਂ ਮਰਵਾਣਾ ਚਾਹੁੰਦੇ ਹੋ ਕਿ ਫੇ ਜਿਹੜੇ ਇੱਥੇ ਪੰਜਾਬ ਦੇ ਵਿੱਚ ਕੌਣ ਕਿਵੇਂ ਮਹਿਫੂਜ਼ ਹੋ ਸਕਦਾ ਵਾ ਤੁਹਾਡੀ ਲਾਰੈਂਸ ਬਿਸ਼ਨੋਈ ਦੇ ਗੈਂਗ ਦੇ ਨਾਲ ਕੀ ਤੋਲੁਕਾਤ ਹੈਗਾ ਵਾ ਔਰ ਉਹਦੇ ਆਪਰੇਸ਼ਨਸ ਜੇਲ੍ਹ ਵਿੱਚ ਬੈਠ ਕੇ ਉਹ ਇੰਟਰਵਿਊਸ ਕਿਦਾਂ ਦੇ ਸਕਦਾ ਵਾ ਉਹਦੇ ਤੇ ਕਿਸੇ ਤਰ੍ਹਾਂ ਦਾ ਕੋਈ ਐਕਸ਼ਨ ਕਿਉਂ ਨਹੀਂ ਹੋਇਆ ਹਾਲਾਂਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਦਾ ਇਸ ਮਸਲੇ ਤੇ ਇੱਕ ਬਿਆਨ ਜ਼ਰੂਰ ਆਇਆ ਸੀ। ਇਤਤਖ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਵੀ ਇਸ ਮੁੱਦੇ ਤੇ ਸਰਸਰੀ ਜਿਹਾ ਬਿਆਨ ਮੀਡੀਆ ਦੇ ਮੂਹਰੇ ਜ਼ਰੂਰ ਦਿੱਤਾ ਸੀ। ਕੈਨੇਡਾ ਦੀ ਸਿਆਸਤ ਦੇ ਵਿੱਚ ਪੰਜਾਬੀ ਲਗਾਤਾਰ ਝੰਡੇ ਗੱਡ ਰਹੇ ਨੇ। ਕੱਲ ਕੈਨੇਡਾ ਦੇ ਖੂਬਸੂਰਤ ਸੂਬੇ ਬ੍ਰਿਟਿਸ਼ ਕੋਲੰਬੀਆ ਦੀਆਂ ਵਿਧਾਨ ਸਭਾ ਚੋਣਾਂ ਦੇ ਵਿੱਚੋਂ 37 ਪੰਜਾਬੀਆਂ ਚੋਂ 14 ਉਮੀਦਵਾਰ ਚੋਣ ਜਿੱਤਣ ਦੇ ਵਿੱਚ ਕਾਮਯਾਬ ਹੋਏ ਨੇ। 14 ਪੰਜਾਬੀਆਂ ਨੇ ਜਗਮੀਤ ਸਿੰਘ ਦੀ ਐਨਡੀਪੀ ਅਤੇ ਕੰਜ਼ਰਵੇਟਿਵ ਪਾਰਟੀ ਦੇ ਵੱਲੋਂ ਜਿੱਤ ਦਰਜ ਕੀਤੀ ਹੈ ਐਨਡੀਪੀ ਦੇ 9 ਤੇ ਕੰਜ਼ਰਵੇਟਿਵ ਪਾਰਟੀ ਦੇ 5 ਪੰਜਾਬੀ ਉਮੀਦਵਾਰ ਜੇਤੂ ਰਹੇ ਹਨ ਕੁੱਲ 37 ਪੰਜਾਬੀ ਉਮੀਦਵਾਰ ਐਤਕੀ ਚੋਣ ਲੜ ਰਹੇ ਸਨ ਜਿਨ੍ਹਾਂ ਵਿੱਚੋਂ 1/3 ਤੋਂ ਵੱਧ ਕਾਮਯਾਬ ਰਹੇ ਨੇ ਕਈ ਸੀਟਾਂ ਤੇ ਤਾਂ ਪੰਜਾਬੀ ਨੇ ਪੰਜਾਬੀ ਨੂੰ ਹੀ ਹਰਾਇਆ ਹੈ ਜ਼ਿਲ੍ਹਾ ਲੁਧਿਆਣਾ ਦੇ ਪਿੰਡ ਗਹੌਰ ਦੇ ਜੰਪਲ ਤੇ ਬਰਨਵੀ ਨੂੰ ਇਸ ਤੋਂ ਐਨਡੀਪੀ ਉਮੀਦਵਾਰ ਰਾਜੋਹਾਨ ਨੇ ਦਿੱਲੀ ਦੇ ਜੰਪਲ ਤੇ ਕੰਜ਼ਰਵੇਟਿਵ ਉਮੀਦਵਾਰ ਦੀਪਕ ਸੂਰੀ ਨੂੰ ਹਰਾਇਆ ਇਸੇ ਤਰ੍ਹਾਂ ਜ਼ਿਲ੍ਹਾ ਬਠਿੰਡਾ ਦੇ ਪਿੰਡ ਦਿਉਣ ਦੇ ਜੰਪਲ ਤੇ ਸਰੀ ਫਲੀਟਵੁੱਡ ਤੋਂ ਐਨਡੀਪੀ ਉਮੀਦਵਾਰ ਜਗਰੂਪ ਸਿੰਘ ਬਰਾੜ ਨੇ ਮੋਗਾ ਦੇ ਪਿੰਡ ਕਾਲੇਕੇ ਦੇ ਕੰਜ਼ਰਵੇਟਿਵ ਉਮੀਦਵਾਰ ਅਕਤਾਰ ਸਿੰਘ ਗਿੱਲ ਨੂੰ ਹਰਾ ਦਿੱਤਾ ਰਾਜੋਹਾਂ ਤੇ ਜਗਰੂਪ ਸਿੰਘ ਬਰਾੜ 6ਵੀਂ ਵਾਰੀ ਬੀਸੀ ਦੇ ਵਿਧਾਇਕ ਚੁਣੇ ਗਏ ਹਨ ਜ਼ਿਲ੍ਹਾ ਜ਼ਿਲੰਦਰ ਦੇ ਪਿੰਡ ਸੁੰਨੜ ਕਲਾਂ ਦੇ ਯੂਨੀਅਨ ਲੀਡਰ ਹਰਮੇਲ ਸਿੰਘ ਸੁੰਨੜ ਦੀ ਹੋਣ ਹਾਰਤੀ ਤੇ ਸਰੀ ਨਿਊਟਨ ਤੋਂ ਐਨਡੀਪੀ ਉਮੀਦਵਾਰ ਮਨੁੱਖੀ ਅਧਿਕਾਰਾਂ ਦੀ ਉੱਗੀ ਵਕੀਲ ਜਸਪ੍ਰੀਤ ਕੌਰ ਜੈਸੀ ਸੁੰਨੜ ਨੇ ਬਟਾਲਾ ਦੇ ਪਿੰਡ ਸਿੱਖਪੁਰ ਦੇ ਕੰਜ਼ਰਵੇਟਿਵ ਉਮੀਦਵਾਰ ਤੇਜਜੋਤ ਬੱਲ ਨੂੰ ਹਰਾ ਦਿੱਤਾ ਇਸੇ ਤਰ੍ਹਾਂ ਅੰਤਰਰਾਸ਼ਟਰੀ ਕਬੱਡੀ ਖਿਡਾਰੀ ਰਹੇ ਤੇ ਬਾਬਾ ਬਕਾਲਾ ਨੇੜਲੇ ਪਿੰਡ ਸਠਿਆਲਾ ਤੇ ਜੰਪਲ ਤੇ ਸਰੀ ਉੱਤਰੀ ਤੋਂ ਕੰਜ਼ਰਵੇਟਿਵ ਉਮੀਦਵਾਰ ਮਨਦੀਪ ਢਾਲੀਵਾਲ ਨੇ ਸਿੱਖਿਆ ਮੰਤਰੀ ਤੇ ਜਗਰਾਉਂ ਨੇੜਲੇ ਪਿੰਡ ਭੰਮੀਪੁਰਾ ਦੀ ਐਨਡੀਪੀ ਉਮੀਦਵਾਰ ਰਚਨਾ ਸਿੰਘ ਨੂੰ ਡੈਲਟਾ ਨਾਰਥ ਤੋਂ ਐਨਡੀਪੀ ਉਮੀਦਵਾਰ ਤੇ ਗੁਰਦਾਸਪੁਰ ਜ਼ਿਲ੍ਹੇ ਦੇ ਪਿੰਡ ਭਾਗੋਵਾਲ ਨਾਲ ਸਬੰਧਿਤ ਰਵਿੰਦਰ ਸਿੰਘ ਰਵੀ ਕਾਲੋ ਨੇ ਕੰਜ਼ਰਵੇਟਿਵ ਪਾਰਟੀ ਦੇ ਉਮੀਦਵਾਰ ਰਾਜ ਵਿਓਲੀ ਨੂੰ ਹਰਾਇਆ ਇਸੇ ਤਰ੍ਹਾਂ ਨਿੱਕੀ ਸ਼ਰਮਾ, ਰਵੀ ਪਰਵਾਰ, ਸੁਨੀਤਾ ਧੀਰ, ਰਾਜ ਚੋਹਾਨ, ਰੀਆ ਅਰੋੜਾ, ਹਰਵਿੰਦਰ ਕੌਰ ਸੰਧੂ, ਹਰਮਨ ਪੰਗੂ, ਮਨਦੀਪ ਧਾਲੀਵਾਲ, ਸਟੀਵ ਕੋਨਰ ਤੇ ਹੋਂਵੀਰ ਸਿੰਘ ਰੰਦਾਵਾ ਵੀ ਇਹਨਾਂ ਚੋਣਾਂ ਦੇ ਵਿੱਚ ਜੇਤੂ ਰਹੇ ਹਨ। ਬੀਸੀ ਦੀਆਂ ਵਿਧਾਨ ਸਭਾ ਚੋਣਾਂ ਦੇ ਵਿੱਚ ਐਨਡੀਪੀ ਯਾਨਕੀ ਨਿਊ ਡੈਮੋਕ੍ਰੈਟਿਕ ਪਾਰਟੀ ਤੇ ਕੰਜ਼ਰਵੇਟਿਵ ਪਾਰਟੀ ਦੇ ਵਿਚਾਲੇ ਫਸਵਾ ਮੁਕਾਬਲਾ ਹੈ। NDP ਨੇ ਕੁੱਲ 46 ਅਤੇ ਕੰਜ਼ਰਵੇਟਿਵ ਨੇ 45 ਸੀਟਾਂ ਤੇ ਜਿੱਤ ਦਰਜ ਕੀਤੀ ਹੈ। ਗ੍ਰੀਨ ਪਾਰਟੀ BC ਦੇ 93 ਮੈਂਬਰੀ ਸਦਨ ਦੇ ਵਿੱਚ ਸਿਰਫ 2 ਸੀਟਾਂ ਜਿੱਤਣ ਦੇ ਵਿੱਚ ਸਫਲ ਰਹੀ ਹੈ। ਛੜਦੇ ਪੰਜਾਬ ਦੇ ਪੰਜਾਬੀਆਂ ਤੋਂ ਇਲਾਵਾ ਲਹਿੰਦੇ ਪੰਜਾਬ ਯਾਨੀ ਕਿ ਪਾਕਿਸਤਾਨੀ ਪੰਜਾਬ ਦੀ ਪੰਜਾਬਣ ਅਮਨਾ ਸ਼ਾ ਵੀ NDP ਦੀ ਟਿਕਟ ਤੇ ਜੇਤੂ ਰਹੀ ਹੈ। ਸੂਬੇ ਦੀ 42ਵੀਂ ਵਿਧਾਨ ਸਭਾ ਦੇ ਵਿੱਚ ਵੀ 10 ਪੰਜਾਬੀ ਵਿਧਾਇਕ ਸਨ। ਹਾਲਾਂਕਿ ਚੋਣਾਂ ਦੇ ਚੋਣਾਂ ਦੇ ਵਿੱਚ ਕਿਸੇ ਵੀ ਪਾਰਟੀ ਨੂੰ ਸਪਸ਼ਟ ਬਹੁਮਤ ਨਹੀਂ ਮਿਲਿਆ ਹੈ। 93 ਮੈਂਬਰੀ ਵਿਧਾਨ ਸਭਾ ਦੇ ਲਈ ਵੋਟਾਂ ਸਵੇਰੇ 8 ਵਜੇ ਤੋਂ ਲੈ ਕੇ ਸ਼ਾਮ ਨੂੰ 8 ਵਜੇ ਤੱਕ ਪਈਆਂ ਤੇ ਦੇਰ ਰਾਤ ਤੱਕ ਨਤੀਜੇ ਆਉਂਦੇ ਰਹੇ। ਇਸ ਵਕਤ ਐਨਡੀਪੀ ਦੇ ਕੋਲ 46, ਕੰਜ਼ਰਵੇਟਿਵ ਪਾਰਟੀ ਦੇ ਕੋਲ 45 ਤੇ ਗ੍ਰੀਨ ਪਾਰਟੀ ਦੇ ਕੋਲ 2 ਸੀਟਾਂ ਨੇ ਤੇ ਸਰਕਾਰ ਬਣਾਉਣ ਦੇ ਲਈ 47 ਸੀਟਾਂ ਚਾਹੀਦੀਆਂ ਨੇ। ਸੰਭਾਵਨਾ ਇਹ ਹੀ ਲੱਗ ਰਹੀ ਹੈ ਕਿ ਗ੍ਰੀਨ ਪਾਰਟੀ ਦੀ ਮਦਦ ਦੇ ਨਾਲ ਐਨਡੀਪੀ ਇਥੇ ਘੱਟ ਗਿਣਤੀ ਸਰਕਾਰ ਬਣਾਏਗੀ। ਐਨਡੀਪੀ ਪਾਰਟੀ ਦੇ ਕੌਮੀ ਲੀਡਰ ਜਗਮੀਤ ਸਿੰਘ ਹਨ ਅਤੇ ਪਾਰਟੀ ਦੀਆਂ ਇੰਨੀਆਂ ਸੀਟਾਂ ਜਿੱਤਣ ਤੇ ਚਾਰੇ ਪਾਸਿਓਂ ਜਗਮੀਤ ਸਿੰਘ ਨੂੰ ਵਧਾਈਆਂ ਮਿਲ ਰਹੀਆਂ ਨੇ ਅਸੀਂ ਵੀ ਇਹਨਾਂ ਚੋਣਾਂ ਵਿੱਚ ਜਿੱਤਣ ਵਾਲੇ ਪੰਜਾਬੀਆਂ ਨੂੰ ਵਧਾਈ ਦਿੰਦੇ ਹਾਂ ਪੰਜਾਬ ਦੇ ਜ਼ਮੀਨ ਦੋਸ ਪਾਣੀ ਨੂੰ ਲੈ ਕੇ ਪਹਿਲੀ ਵਾਰੀ ਥੋੜੀ ਜਿਹੀ ਰਾਹਤ ਵਾਲੀ ਖਬਰ ਆਈ ਹੈ ਵਰਿਆਂ ਤੋਂ ਲਗਾਤਾਰ 헤ਠਾਂ ਜਾ ਰਹੇ ਪਾਣੀ ਨੂੰ ਹੁਣ ਠੱਲ ਪਈ ਹੈ ਇਹ ਖੁਲਾਸਾ ਕੇਂਦਰੀ ਗਰਾਊਂਡ ਵਾਟਰ ਬੋਰਡ 2024 ਦੀ ਤਾਜ਼ਾ ਰਿਪੋਰਟ ਦੇ ਵਿੱਚ ਹੋਇਆ ਹੈ ਜਿਸ ਨੂੰ ਅੰਤਿਮ ਛੋਹ ਦਿੱਤੀ ਜਾ ਰਹੀ ਹੈ ਕੇਂਦਰੀ ਗਰਾਊਂਡ ਵਾਟਰ ਬੋਰਡ ਨੇ ਇਸ ਰਿਪੋਰਟ ਦਾ ਆਧਾਰ 2023 ਦੇ ਵਿੱਚ ਪਾਣੀਆਂ ਦੀ ਨਾਪੀ ਮਿਕਦਾਰ ਨੂੰ ਬਣਾਇਆ ਹੈ ਤਾਜ਼ਾ ਖੁਲਾਸੇ ਮੁਤਾਬਕ ਸੂਬੇ ਦੇ 63 ਬਲੌਕ ਅਜਿਹੀ ਨੇ ਜਿੱਥੇ ਜ਼ਮੀਨੀ ਪਾਣੀ ਦੇ ਨਿਕਾਸ ਦਾ ਪੁੱਠਾ ਢੇੜਾ ਸ਼ੁਰੂ ਹੋਇਆ ਹਰ ਸਾਲ ਜਾ ਰਹੇ ਪਾਣੀ ਨੂੰ ਬ੍ਰੇਕ ਲੱਗੀ ਹੈ 2001-2 ਤੋਂ ਨਰਮਾ ਪੱਟੀ ਵਾਲੇ ਦਰਜਨਾ ਬਲਾਕਾਂ ਦਾ ਧਰਤੀ ਹੇਠਲਾ ਪਾਣੀ ਲਗਾਤਾਰ ਜਾ ਰਿਹਾ ਸੀ ਸੂਬੇ ਦੇ ਜਿਹੜੇ 63 ਬਲਾਕਾਂ ਦੇ ਸਥਿਤੀ ਵਿੱਚ ਸੁਧਾਰ ਹੋਇਆ ਉਹਨਾਂ ਦੇ ਵਿੱਚ ਗੁਰੂ ਹਰ ਸਹਾਏ ਤੇ ਮਖੂ ਬਲਾਕ ਵੀ ਸੇਫ ਜ਼ੋਨ ਦੇ ਵਿੱਚ ਆ ਗਏ ਹਨ ਪਿਛਲੇ ਸਾਲ ਦੀ ਰਿਪੋਰਟ ਵਿੱਚ ਪਾਣੀ ਦੀ ਨਿਕਾਸੀ ਸਥਿਰ ਹੋਣ ਦੇ ਸੰਕੇਤ ਮਿਲੇ ਸੀ ਪਰ ਨਵੀਂ ਰਿਪੋਰਟ ਵਿੱਚ 5 ਬਲਾਕਾਂ ਵਿੱਚ ਨਿਕਾਸੀ ਦੀ ਕੈਟਾਗਰੀ ਬਦਲ ਗਈ ਹੈ ਗੁਰੂ ਹਰ ਸਹਾਇ ਤੇ ਮੱਖੂ ਬਲੌਕ ਸਾਲ ਪਹਿਲਾਂ ਅਰਧ ਨਾਜ਼ੁਕ ਜ਼ੋਨ ਦੇ ਵਿੱਚ ਸਨ ਉਹ ਹੁਣ ਸੁਰੱਖਿਅਤ ਜ਼ੋਨ ਦੇ ਵਿੱਚ ਆ ਗਏ ਹਨ ਫਿਰੋਜ਼ਪੁਰ ਤੇ ਸ਼੍ਰੀ ਹਰ ਗੋਬਿੰਦਪੁਰ ਬਲੌਕ ਹੱਦ ਤੋਂ ਵੱਧ ਪਾਣੀ ਕੱਢੇ ਜਾਣ ਵਾਲੇ ਜ਼ੋਨ ਤੋਂ ਕ੍ਰਿਟੀਕਲ ਜ਼ੋਨ ਦੇ ਵਿੱਚ ਚਲੇ ਗਏ ਨੇ ਜਦ ਕਿ ਬਲਾਚੌਰ ਕ੍ਰਿਟੀਕਲ ਜ਼ੋਨ ਤੋਂ ਸੈਮੀ ਕ੍ਰਿਟੀਕਲ ਜ਼ੋਨ ਦੇ ਵਿੱਚ ਆ ਗਿਆ 63 ਬਲੌਕ ਅਜਿਹੇ ਨੇ ਜਿੱਥੇ ਪਾਣੀ ਦਾ ਪੱਧਰ ਹੇਠਾਂ ਡਿੱਗਣ ਦੀ ਦਰ ਵਿੱਚ ਸੁਧਾਰ ਹੋਇਆ ਹੈ ਲਗਭਗ 16 ਬਲੌਕ ਅਜਿਹੇ ਨੇ ਜਿੱਥੇ 20 ਫੀਸਦੀ ਤੋਂ ਵੱਧ ਪਾਣੀ ਦੇ ਸਥਾਨ ਨੂੰ ਮੋੜਾ ਪਿਆ ਹੈ ਸੂਬੇ ਦੇ ਵਿੱਚ ਕੁੱਲ 153 ਬਲੌਕ ਨੇ ਜਿਨ੍ਹਾਂ ਸਾਲ ਵਿੱਚ ਦੋ ਵਾਰੀ ਮਾਪਿਆ ਜਾਂਦਾ ਹੈ ਤੇ ਪੰਜਾਬ ਇਕਲੌਤਾ ਸੂਬਾ ਹੈ ਜਿੱਥੇ ਸਾਲਾਨਾ ਸੇਫ ਮਿਕਦਾਰ ਤੋਂ ਲੋੜੋਂ ਵੱਧ ਧਰਤੀ ਹੇਠੋਂ ਪਾਣੀ ਕੱਢਿਆ ਜਾ ਰਿਹਾ ਹੈ ਜਿਸ ਦੇ ਲਈ ਝੋਨੇ ਦੀ ਫਸਲ ਸਭ ਤੋਂ ਵੱਧ ਜ਼ਿੰਮੇਵਾਰ ਹੈ ਪੰਜਾਬ ਦੇ ਵਿੱਚ 28 ਅਰਬ ਕਯੂਬਿਕ ਮੀਟਰ ਤੋਂ ਵੱਧ ਪਾਣੀ ਹਰ ਸਾਲ ਕੱਢਿਆ ਜਾਂਦਾ ਹੈ ਪੰਜਾਬ ਚ ਝੋਨੇ ਦੀ ਫਸਲ ਕਰਕੇ ਜ਼ਮੀਨੀ ਪਾਣੀ ਦਾ ਨਿਕਾਸ ਕਿਤੇ ਵੱਧ ਹੈ ਬਠਿੰਡਾ ਜ਼ਿਲ੍ਹੇ ਵਿੱਚ 1950 ਚ ਸਿਰਫ 10 ਖੇਤੀਬਾੜੀ ਟਿਊਬਵਲ ਹੁੰਦੇ ਸਨ ਜਿਨ੍ਹਾਂ ਦੀ ਗਿਣਤੀ ਅੱਜ ਵੱਧ ਕੇ 78325 ਹੋ ਗਈ ਹੈ ਜਦ ਕਿ ਉਦੋਂ ਮਾਨਸਾ ਜ਼ਿਲ੍ਹਾ ਵੀ ਬਠਿੰਡੇ ਦੇ ਨਾਲ ਹੀ ਹੁੰਦਾ ਸੀ ਹੁਣ ਮਾਨਸਾ ਜ਼ਿਲ੍ਹਾ ਵੱਖਰਾ ਹੋ ਗਿਆ ਹੈ ਪੰਜਾਬ ਸਰਕਾਰ ਦੇ ਵੱਲੋਂ ਅੱਜ ਤੋਂ ਸੂਬੇ ਵਿੱਚ ਪਸ਼ੂਆਂ ਦੀ ਮੂੰਖ ਖੁਰ ਬਿਮਾਰੀ ਤੋਂ ਬਚਾ ਲਈ ਟੀਕਾਕਰਨ ਮੁਹਿੰਮ ਸ਼ੁਰੂ ਕੀਤੀ ਜਾਵੇਗੀ। ਇਹ ਕੰਮ ਨੂੰ ਯਕੀਨੀ ਬਣਾਉਣ ਦੇ ਲਈ ਸਰਕਾਰ ਨੇ 816 ਟੀਮਾਂ ਦਾ ਗਠਨ ਕੀਤਾ ਹੈ। ਪੰਜਾਬ ਦੇ ਪਸ਼ੂ ਪਾਲਣ ਡੇਰੀ ਵਿਕਾਸ ਤੇ ਮੱਛੀ ਪਾਲਣ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਨੇ ਦੱਸਿਆ ਕਿ ਟੀਕਾਕਰਨ ਮੁਹਿੰਮ ਦੇ ਲਈ ਐਫ ਐਮ ਡੀ ਵੈਕਸੀਨ ਦੀਆਂ ਕੁੱਲ 65,47,800 ਖੁਰਾਕਾਂ ਸੂਬੇ ਦੇ ਵਿੱਚ ਇਸ ਵਕਤ ਮੌਜੂਦ ਹਨ ਜਿਹੜੀਆਂ ਪੂਰੇ ਸੂਬੇ ਦੇ ਵਿੱਚ ਮੂੰਖ ਖੁਰ ਦੀ ਬਿਮਾਰੀ ਤੋਂ ਬਚਾਉਣ ਲਈ ਪਸ਼ੂਆਂ ਨੂੰ ਲਾਈਆਂ ਜਾਣਗੀਆਂ। ਇਸਾਰੇ ਸੁਬੇ ਦੇ ਵਿੱਚ ਪਸ਼ੂ ਤੁਹਾਨੂੰ ਇਹ ਵੈਕਸੀਨ ਮੁਫਤ ਲਈ ਜਾਵੇਗੀ ਪਸ਼ੂ ਪਾਲਣ ਵਿਭਾਗ ਦੇ ਮੁਤਾਬਿਕ ਇਸ ਵਕਤ ਸਾਰੇ ਜ਼ਿਲ੍ਹਿਆਂ ਦੇ ਵਿੱਚ ਵੈਕਸੀਨ ਵੰਡੀ ਜਾ ਚੁੱਕੀ ਹੈ ਪੰਜਾਬ ਦੇ ਵਿੱਚ ਝੋਨੇ ਦੀ ਖਰੀਦ ਦੇ ਉਲਝੇ ਮਸਲੇ ਦਰਮਿਆਨ ਉਗਰਾਹਾਂ ਜਥੇਬੰਦੀ ਦੇ ਮੋਰਚੇ ਲਗਾਤਾਰ ਜਾਰੀ ਹਨ ਅੱਜ ਮੋਰਚਿਆਂ ਦਾ 5ਵਾਂ ਦਿਨ ਹੈ ਟੋਲ ਪਲਾਜ਼ਿਆਂ ਤੇ ਲੱਗੇ ਮੋਰਚੇ ਤਾਂ 5ਵੇਂ ਦਿਨ ਦੇ ਵਿੱਚ ਪਹੁੰਚ ਜਾਣਗੇ ਜਦਕਿ ਲੀਡਰਾਂ ਦੇ ਘਰਾਂ ਦੇ ਬਾਹਰ ਲੱਗੇ ਧਰਨੇ ਅੱਜ 4ਵੇਂ ਦਿਨ ਦੇ ਵਿੱਚ ਪਹੁੰਚ ਜਾਣਗੇ ਉਗਰਾਹਾਂ ਜਥੇਬੰਦੀ ਦੀ ਅਗਵਾਈ ਦੇ ਵਿੱਚ ਪੂਰੇ ਪੰਜਾਬ ਚ ਕੱਲ 51 ਥਾਵਾਂ ਤੇ ਕਿਸਾਨਾਂ ਦੇ ਨਾਅਰੇ ਗੂੰਜਦੇ ਰਹੇ ਜੋਗਿੰਦਰ ਸਿੰਘ ਉਗਰਾਹਾਂ ਕੱਲ ਵੱਡਵਰ ਟੋਲ ਪਲਾਜ਼ਾ ਤੇ ਪਹੁੰਚੇ ਹੋਏ ਸਨ ਉਹਨਾਂ ਕਿਹਾ ਕਿ ਸਰਕਾਰ ਮੰਨੀਆਂ ਮੰਗਾਂ ਲਾਗੂ ਕਰਨ ਤੋਂ ਹੀ ਪਾਜੇ ਹੈ <laughs> ਉਗਰਾਹ ਮੁਤਾਬਿਕ ਲੰਗੇ ਦਿਨ ਮੁੱਖ ਮੰਤਰੀ ਭਗਵੰਤ ਮਾਨ ਨੇ 2 ਦਿਨਾਂ ਦੇ ਵਿੱਚ ਖਰੀਦ ਪੂਰੀ ਤਰ੍ਹਾਂ ਸ਼ੁਰੂ ਕਰਨ ਦਾ ਐਲਾਨ ਕੀਤਾ ਪਰ ਸਰਕਾਰ ਪਹਿਲਾਂ ਵੀ ਕਈ ਵਾਰੀ ਵੱਖ-ਵੱਖ ਵਰਗਾਂ ਦੀਆਂ ਮੰਗਾਂ ਮੰਨ ਕੇ ਉਹਨਾਂ ਨੂੰ ਅਮਲੀ ਰੂਪ ਦੇਣ ਤੋਂ ਪਿੱਛੇ ਹਟਦੀ ਰਹੀ ਹੈ ਇਸ ਕਰਕੇ ਜਦੋਂ ਤੱਕ ਖਰੀਦ ਸ਼ੁਰੂ ਨਹੀਂ ਹੋ ਜਾਂਦੀ ਮੁਕੰਮਲ ਰੂਪ ਦੇ ਵਿੱਚ ਲਿਫਟਿੰਗ ਦਾ ਕੰਮ ਨਹੀਂ ਚੱਲ ਹੁੰਦਾ ਉਦੋਂ ਤੱਕ ਸਾਡੇ ਦਰਨੇ ਜਾਰੀ ਰਹਿਣਗੇ ਹਾਲਾਂਕਿ ਸੰਯੁਕਤ ਕਿਸਾਨ ਮੋਰਚੇ ਦੀ ਅਗਵਾਈ ਕਰਨ ਵਾਲੇ ਲੀਡਰਾਂ ਨੇ ਸੀਐਮ ਨਾਲ ਮੁਲਾਕਾਤ ਤੋਂ ਬਾਅਦ ਆਪਣਾ ਦਰਨਾ ਸਮਾਪਤ ਕਰ ਦਿੱਤਾ ਸੀ ਪੰਜਾਬ ਸਰਕਾਰ ਨੇ 2 ਦਿਨ ਦੇ ਵਿੱਚ ਮੁਸ਼ਕਲ ਹੱਲ ਕਰਨ ਦਾ ਦਾਵਾ ਕੀਤਾ ਸੀ ਪਰ ਕਿਸਾਨ ਲੀਡਰਾਂ ਨੇ ਫਿਰ ਵੀ 4 ਦਿਨ ਦੇ ਦਿੱਤੇ ਸੀ ਅੱਜ ਦੂਸਰਾ ਦਿਨ ਹੈ ਤੇ ਬੁੱਧਵਾਰ ਨੂੰ ਚਾਰੇ ਦਿਨ ਸਮਾਪਤ ਹੋ ਜਾਣਗੇ ਦੇਖਦੇ ਦੇਖਣਾ ਹੋਵੇਗਾ ਕਿ ਉਦੋਂ ਤੱਕ ਸਰਕਾਰ ਕਿਸਾਨਾਂ ਨੂੰ ਸੰਤੁਸ਼ਟ ਕਰਨ ਚ ਕਾਮਯਾਬ ਹੁੰਦੀ ਹੈ ਜਾਂ ਫਿਰ ਕਿਸਾਨ ਪੰਜਵੇਂ ਦਿਨ ਕੋਈ ਵੱਡਾ ਐਲਾਨ ਕਰਨਗੇ ਪੰਜਾਬ ਵਿਧਾਨ ਸਭਾ ਦੇ ਵਿੱਚ ਵਿਰੋਧੀ ਧਿਰ ਦੇ ਲੀਡਰ ਪ੍ਰਤਾਪ ਸਿੰਘ ਬਾਜਵਾ ਨੇ ਵੀ ਮੰਗ ਕੀਤੀ ਹੈ ਕਿ ਮੁੱਖ ਮੰਤਰੀ ਚੌਲ ਮਿਲਰਾਂ ਦੇ ਨੁਕਸਾਨ ਦੀ ਭਰਪਾਈ ਕਰਨ ਬਾਜਵਾ ਨੇ ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ ਸਰਕਾਰ ਦੇ ਕੋਲ ਤਿਆਰ ਪਲਾਨ B ਨੂੰ ਪਲਾਨ ਬਲਫ ਕਰਾਰ ਦਿੱਤਾ ਉਦਰ ਸ਼ੰਭੂ ਅਤੇ ਖਨੌਰੀ ਬਾਰਡਰ ਤੇ ਮੋਰਚਿਆਂ ਦੀ ਅਗਵਾਈ ਕਰਨ ਵਾਲੇ ਕਿਸਾਨ ਲੀਡਰਾਂ ਦੇ ਵਿੱਚੋਂ ਸੀਨੀਅਰ ਲੀਡਰ ਸਰਵਣ ਸਿੰਘ ਪੰਦੇਰ ਨੇ ਦਾਵਾ ਕੀਤਾ ਹੈ ਕਿ ਸੂਬੇ ਦੇ ਵਿੱਚ ਪਰਾਲੀ ਸਾੜਨ ਵਾਲੇ ਕਿਸਾਨਾਂ ਤੇ ਸਰਕਾਰ ਨੇ ਕਾਰਵਾਈ ਕਰਨੀ ਸ਼ੁਰੂ ਕਰ ਦਿੱਤੀ ਹੈ 14 ਅਕਤੂਬਰ ਦੇ ਹੁਕਮਾਂ ਦੀ ਕਾਪੀ ਸਰਵਣ ਸਿੰਘ ਪੰਦੇਰ ਨੇ ਨਸ਼ਰ ਕੀਤੀ ਹੈ ਜਿਸ ਦੇ ਵਿੱਚ ਦੱਸਿਆ ਗਿਆ ਹੈ ਕਿ ਝੋਨੇ ਦੀ ਪਰਾਲੀ ਨੂੰ ਮਾਲਕ ਗੁਰਸਾਹਿਬ ਸਿੰਘ ਦੇ ਵੱਲੋਂ ਅੱਗ ਲਾਈ ਗਈ ਸੀ ਤੇ ਮੌਕੇ ਤੇ ਉਪਰੋਕਤ ਮਾਲਕਾਂ ਨੂੰ ਖੇਤੀਬਾੜੀ ਅਫਸਰਾਂ ਦੇ ਵੱਲੋਂ ਜੁਰਮਾਨਾ ਕੀਤਾ ਗਿਆ ਰਿਪੋਰਟ ਪੇਸ਼ ਹੈ ਇਹ ਪਿੰਡ ਸਰਾਲੀ ਮੰਡ ਦੀ ਖਬਰ ਹੈ ਇਸ ਖਬਰ ਨੂੰ ਸਾਂਝੀ ਕਰਦਿਆਂ ਹੋਇਆਂ ਸ਼੍ਰੋਮਣੀ ਅਕਾਲੀ ਦਲ ਨੇ ਵੀ ਮੁੱਖ ਮੰਤਰੀ ਭਗਵੰਤ ਮਾਨ ਤੇ ਤਿੱਖਾ ਨਿਸ਼ਾਨਾ ਸਾਧਦਿਆਂ ਕਿਹਾ ਹੈ ਕਿ ਸੀਐਮ ਭਗਵੰਤ ਮਾਨ ਕਿਸਾਨਾਂ ਦੇ ਵੈਰੀ ਬਣ ਗਏ ਨੇ ਪਰਾਲੀ ਸਾੜਨ ਤੇ ਪਰਚੇ ਦਰਜ ਕੀਤੇ ਜਾ ਰਹੇ ਨੇ ਅਤੇ ਜੁਰਮਾਨੇ ਲਾਏ ਜਾ ਰਹੇ ਨੇ ਸ਼੍ਰੋਮਣੀ ਅਕਾਲੀ ਦਲ ਨੇ ਇਸ ਕਾਰਵਾਈ ਦੀ ਨਿਖੇਧੀ ਕੀਤੀ ਹੈ ਕੌਮੀ ਰਾਜਸਤਾਨੀ ਦਿੱਲੀ ਦੇ ਰੋहिणी ਸਥਿਤ ਪ੍ਰਸ਼ਾਂਤ ਵਿਹਾਰ ਇਲਾਕੇ ਦੇ ਵਿੱਚ ਕੱਲ ਸੀਆਰਪੀਐਫ ਸਕੂਲ ਨੇੜੇ ਸਵੇਰੇ ਸਵੇਰੇ 8:30 ਵਜੇ ਦੇ ਕਰੀਬ ਇੱਕ ਜ਼ੋਰਦਾਰ ਧਮਾਕਾ ਹੋਇਆ ਹਾਲਾਂਕਿ ਇਸ ਧਮਾਕੇ ਦੇ ਵਿੱਚ ਜਾਨੀ ਨੁਕਸਾਨ ਤੋਂ ਰਾਹਤ ਰਹੀ ਹੈ ਰੋहिणी ਦੇ ਸੈਕਟਰ 14 ਵਿੱਚ ਸੀਆਰਪੀਐਫ ਸਕੂਲ ਨੇੜੇ ਹੋਏ ਧਮਾਕੇ ਤੋਂ ਬਾਅਦ ਬੰਬਨਕਾਰਾ ਦਸਤਾ ਤੇ ਪੁਲਿਸ ਦੀਆਂ ਫੋਰੈਂਸਿਕ ਟੀਮਾਂ ਮੌਕੇ ਤੇ ਪਹੁੰਚ ਗਈਆਂ ਜਾਂਚ ਸ਼ੁਰੂ ਕਰ ਦਿੱਤੀ NIA ਅਤੇ ਕੌਮੀ ਸੁਰੱਖਿਆ ਗਾਰਡ ਯਾਨੀ ਕਿ NIA ਤੇ NSG ਦੇ ਅਧਿਕਾਰੀ ਵੀ ਜਾਂਚ ਲਈ ਮੌਕੇ ਤੇ ਪਹੁੰਚ ਗਏ ਪੁਲਿਸ ਨੂੰ ਸ਼ੱਕ ਹੈ ਕਿ ਧਮਾਕਾ ਦੇਸੀ ਬੰਬ ਫਟਣ ਕਰਕੇ ਹੋਇਆ ਹੈ ਫੋਰੈਂਸਿਕ ਮਾਹਿਰਾਂ ਨੂੰ ਮੌਕੇ ਤੋਂ ਸ਼ੱਕੀ ਸਫੈਦ ਪਾਊਡਰ ਵੀ ਮਿਲਿਆ ਹੈ ਜਿਸ ਨੂੰ ਜਾਂਚ ਲਈ ਪ੍ਰਯੋਗਸ਼ਾਲਾ ਭੇਜ ਦਿੱਤਾ ਗਿਆ ਹੈ ਥਾਂ ਤੋਂ ਮਿੱਟੀ ਦੇ ਨਮੂਨੇ ਵੀ ਲਏ ਗਏ ਨੇ ਪੂਰੇ ਇਲਾਕੇ ਦੀ ਘੇਰਾਬੰਦੀ ਕਰਕੇ ਧਮਾਕੇ ਦੇ ਕਾਰਨ ਲੱਭੇ ਜਾ ਰਹੇ ਨੇ NCG ਕਮਾਂਡੋਜ਼ ਨੇ ਪੂਰੇ ਇਲਾਕੇ ਵਿੱਚ ਛਾਣਬੀਨ ਲਈ ਰੋਬੋਟ ਤਾਇਨਾਤ ਕੀਤੇ ਤਾਂ ਜੋ ਕੋਈ ਹੋਰ ਧਮਾਕਾਖੇ ਸਮੱਗਰੀ ਦਾ ਪਤਾ ਲਾਇਆ ਜਾ ਸਕੇ ਧਮਾਕੇ ਦੇ ਵਿੱਚ ਸਕੂਲ ਦੀ ਕੰਦ ਨੇੜਲੀਆਂ ਦੁਕਾਨਾਂ ਤੇ ਇੱਕ ਕਾਰ ਨੂੰ ਨੁਕਸਾਨ ਪਹੁੰਚਿਆ ਹੈ ਦਿੱਲੀ ਦੇ ਮੁੱਖ ਮੰਤਰੀ ਅਦਸ਼ੀ ਨੇ ਕਾਮੀ ਰਾਜਸਥਾਨ ਵਿੱਚ ਅਮਨ ਕਾਨੂੰਨ ਦੇ ਹਾਲਾਤਾਂ ਲਈ ਕੇਂਦਰ ਦੀ ਭਾਜਪਾ ਸਰਕਾਰ ਨੂੰ ਜ਼ਿੰਮੇਵਾਰ ਠਹਿਰਾਇਆ ਉਹਨਾਂ ਦੇ ਮੁਤਾਬਿਕ ਦਿੱਲੀ ਦੀ ਪੁਲਿਸ ਸੈਂਟਰ ਦੇ ਅਧੀਨ ਹੈ ਅਤੇ ਉਹ ਅਮਨ ਕਾਨੂੰਨ ਦੀ ਸਥਿਤੀ ਬਰਕਰਾਰ ਰੱਖਣ ਦੇ ਵਿੱਚ ਪੂਰੀ ਤਰ੍ਹਾਂ ਫੇਲ ਹੈ ਹਵਾਈ ਜਹਾਜ਼ਾਂ ਦੇ ਵਿੱਚ ਬੰਬ ਮਿਲਣ ਦੀਆਂ ਧਮਕੀਆਂ ਰੁਕਣ ਪਰसों 30 ਜਹਾਜ਼ਾਂ ਵਿੱਚ ਬੰਬ ਉਡਾਉਣ ਦੀ ਧਮਕੀ ਤੋਂ ਬਾਅਦ ਕੱਲ ਫਿਰ 25 ਉਡਾਣਾਂ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਮਿਲੀ ਜਿਸ ਕਰਕੇ ਸੈਂਕੜੇ ਯਾਤਰੀਆਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਤੇ ਅਧਿਕਾਰੀਆਂ ਨੂੰ ਵਿਸਤਾਰਿਤ ਜਾਂਚ ਲਈ ਸਬੰਧਤ ਹਵਾਈ ਅੱਡਿਆਂ ਤੇ ਉਡਾਣਾਂ ਦੇ ਜਹਾਜ਼ਾਂ ਨੂੰ ਅਲੱਗ-ਥਲੱਗ ਕਰਨ ਦੇ ਲਈ ਮਜਬੂਰ ਹੋਣਾ ਪਿਆ। ਇਸ ਇੱਕ ਹਫਤੇ ਦੇ ਵਿੱਚ ਕਰੀਬ 100 ਉਡਾਣਾਂ ਨੂੰ ਬੰਬ ਨਾਲ ਉਡਾਉਣ ਦੀਆਂ ਧਮਕੀਆਂ ਮਿਲ ਚੁੱਕੀਆਂ ਨੇ ਜਿਸ ਨੇ ਸੁਰੱਖਿਆ ਏਜੰਸੀਆਂ ਦੀ ਨੀਂਦ ਉਡਾ ਦਿੱਤੀ ਹੈ ਤੇ ਨਾ ਧਮਕੀਆਂ ਤੋਂ ਬਾਅਦ ਭਾਰਤੀ ਗ੍ਰਹਿ ਮੰਤਰਾਲੇ ਨੇ ਤੁਰੰਤ ਸ਼ਹਿਰੀ ਹਵਾਬਾਜ਼ੀ ਮੰਤਰਾਲੇ ਤੇ 에ਅਰਕ੍ਰਾਫਟ ਸੇਫਟੀ ਬਿਊਰੋ ਤੋਂ ਰਿਪੋਰਟ ਮੰਗੀ ਹੈ ਡੀਜੀਸੀਏ ਦੇ ਮੁਖੀ ਵਿਕਰਮ ਦੇਵ ਦੱਤ ਨੂੰ ਹਟਾ ਦਿੱਤਾ ਗਿਆ ਹੈ ਕੇਂਦਰ ਸਰਕਾਰ ਨੇ ਦੱਤ ਨੂੰ ਇਥੋਂ ਹਟਾ ਕੇ ਕੋਲਾ ਮੰਤਰਾਲੇ ਦੇ ਵਿੱਚ ਸਖਤਰ ਲਾ ਦਿੱਤਾ ਹੈ ਇਸ ਬਦਲਾਅ ਨੂੰ ਧਮਕੀ ਨਾਲ ਜੁੜੇ ਮਾਮਲਿਆਂ ਦੇ ਨਾਲ ਹੀ ਜੋੜਿਆ ਜਾ ਰਿਹਾ ਹੈ ਜਿਨ੍ਹਾਂ 에ਅਰਲਾਈਨਾਂ ਦੇ ਜਹਾਜ਼ਾਂ ਨੂੰ ਧਮਕੀਆਂ ਮਿਲ ਰਹੀਆਂ ਨੇ ਉਹਨਾਂ ਦੇ ਵਿੱਚ ਇੰਡੀਗੋ ਵਿਸਤਾਰਾ 에ਅਰ ਇੰਡੀਆ ਤੇ ਅਕਾਸਾ 에ਅਰ ਦੀਆਂ ਉਡਾਣਾਂ ਸ਼ਾਮਲ ਹਨ। ਜਲੰਧਰ ਦੇ ਪੁਲਿਸ ਕਮਿਸ਼ਨਰ ਸੁਆਪਨ ਸ਼ਰਮਾ ਨੇ ਦਾਵਾ ਕੀਤਾ ਹੈ ਕਿ ਬੰਬੀਹਾ ਕੌਸ਼ਲ ਗੈਂਗ ਦੇ ਪੰਜ ਮੁੱਖ ਮੈਂਬਰਾਂ ਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਹੈ। ਇਹਨਾਂ ਕੋਲੋਂ 9 ਹਥਿਆਰ ਵੀ ਬਰਾਮਦ ਹੋਏ ਹਨ। ਪੁਲਿਸ ਨੇ ਇਹਨਾਂ ਗ੍ਰਿਫਤਾਰੀਆਂ ਦੇ ਨਾਲ ਤਿੰਨ ਕਤਲਾਂ ਦੀ ਯੋਜਨਾ ਨੂੰ ناکਾਮ ਕਰਨ ਦਾ ਦਾਵਾ ਕੀਤਾ ਹੈ। ਮੁਲਜ਼ਮਾਂ ਦੀ ਪਛਾਣ ਜਸਪ੍ਰੀਤ ਉਰਫ ਜੱਸਾ ਪਿੰਡ ਬੋਪਾਰਾਏ ਕਲਾ ਹਰਸ਼ਦੀਪ ਸਿੰਘ ਵਾਸੀ ਪਿੰਡ ਗੈरेज ਮਹਿਲਪੁਰ ਸ਼ੇਖਰ ਪਿੰਡ ਮੁਰਾਦਪੁਰ ਤਰਨਤਾਰਨ ਗगनਦੀਪ ਉਰਫ ਗਿੰਨੀ ਵਾਸੀ ਨਿਊ ਮਾਡਲ ਹਾਊਸ ਜਲੰਧਰ ਤੇ ਅਮਿਤ ਸਹੋਤਾ ਵਾਸੀ ਪਿੰਡ ਬੰਬੀਆਂਵਾਲਾ ਇਹਨਾਂ ਸਾਰਿਆਂ ਨੂੰ ਪੁਲਿਸ ਨੇ ਫੜਿਆ ਹੈ ਤੇ ਦੱਸਿਆ ਕਿ ਮੁਲਜ਼ਮ ਹਥਿਆਰਾਂ ਦੀ ਤਸਕਰੀ ਕਤਲ ਫਰੋਤੀ ਤੇ ਹੋਰ ਵੱਡੇ ਅਪਰਾਧਾਂ ਦੇ ਵਿੱਚ ਸ਼ਾਮਲ ਸਨ ਇਨਾਂ ਦੇ ਖਿਲਾਫ ਪਹਿਲਾਂ ਵੀ ਕਈ ਕੇਸ ਦਰਜ ਹਨ ਤੇ ਹੁਣ ਤਾਜ਼ਾ ਮਾਮਲਿਆਂ ਦੀ ਜਾਂਚ ਕੀਤੀ ਜਾ ਰਹੀ ਹੈ। ਸੁਪਨ ਸ਼ਰਮਾ ਮੁਤਾਬਿਕ ਪਿਛਲੇ 10 ਮਹੀਨਿਆਂ ਦੌਰਾਨ ਜਲੰਧਰ ਕਮਿਸ਼ਨਰ ਰੇਡ ਪੁਲਿਸ ਨੇ ਹੁਣ ਤੱਕ ਵੱਖ-ਵੱਖ ਗੈਂਗਾਂ ਦੇ 23 ਗੈਂਗਸਟਰਾਂ ਨੂੰ ਗ੍ਰਿਫਤਾਰ ਕਰਕੇ ਉਹਨਾਂ ਤੋਂ 49 ਪਿਸਤੌਲ, 121 ਰਾਉਂਡ ਤੇ 59 ਮੈਗਜ਼ੀਨ ਬਰਾਮਦ ਕੀਤੇ ਨੇ। ਫਰੀਦਕੋਟ ਦੇ ਪਿੰਡ ਹਰੀਨੌਂ ਦੇ ਵਿੱਚ 9 ਅਕਤੂਬਰ ਨੂੰ ਗੋਲੀਆਂ ਮਾਰ ਕੇ ਖਤਮ ਕੀਤੇ ਗਏ ਗੁਰਪ੍ਰੀਤ ਸਿੰਘ ਹਰੀਨੌਂ ਦੇ ਮਾਮਲੇ ਦੀ ਪੜਤਾਲ ਕਰ ਰਹੀ ਸਿਟ ਨੇ ਕੱਲ 2 ਸ਼ੱਕੀ ਸ਼ੂਟਰਾਂ ਦੇ ਸਕੈਚ ਜਾਰੀ ਕੀਤੇ ਨੇ। ਪਤਾ ਲੱਗਿਆ ਕਿ ਪੁਲ ਪਤੀ ਦਿੱਟ ਕਾਣੇ ਬਾਰੇ ਪੜਤਾਲ ਕੀਤੀ ਜਾ ਰਹੀ ਹੈ ਪੰਜਾਬ ਦੇ ਡੀਜੀਪੀ ਗੌਰਵ ਯਾਦਵ ਨੇ ਇਸ ਕਤਲकांड ਦੇ ਵਿੱਚ ਗੈਂਗਸਟਰ ਅਰਸ਼ ਡੱਲਾ ਅਤੇ ਖਡੂਰ ਸਾਹਿਬ ਤੋਂ ਐਮਪੀ ਅਮਰਿਤਪਾਲ ਸਿੰਘ ਨੂੰ ਵੀ ਕਥਿਤ ਤੌਰ ਤੇ ਸਾਜ਼ਿਸ਼ ਰਚਣ ਦੇ ਇਲਜ਼ਾਮਾਂ ਦੇ ਵਿੱਚ ਕੇਸ 'ਚ ਮੁਲਜ਼ਮ ਵਜੋਂ ਨਾਮਜ਼ਦ ਕੀਤਾ ਹੈ ਹਾਲਾਂਕਿ ਅਰਸ਼ ਡੱਲਾ ਨੇ ਪੁਲਿਸ ਦੇ ਇਹਨਾਂ ਦਾਅਵਿਆਂ ਨੂੰ ਨਕਾਰਦਿਆਂ ਕਿਹਾ ਹੈ ਕਿ ਇਸ ਵਾਰਦਾਤ ਦੇ ਲਈ ਸਿਰਫ ਤੇ ਸਿਰਫ ਉਹ ਖੁਦ ਜ਼ਿੰਮੇਵਾਰ ਹੈ